कि तुसी दस रहे सीगे जिहड़ा उस्ताद बंदा बूस्टर नूं मिलावे पूरी मझ नूं तैयारी करे उह 10 किलो 12 किलो तक लै जांदा जी जंप बूस्टर हाँ दे जी, 10 किलो, तैयारी नौ तो नाल। 10 किलो, 9 तो 10 किलो, 11 किलो तक भी गए हुए है जी जंप, जिहड़ियां असीं चीजां देखियां। देखो जी, दुध भी माड़ा, पशुआं दा भी नुकसान। हुण देखो, कहिंदे भी जिहड़ा टीका है, एक टीका ला के भी इन्ना लीटर दुध कढ़नगे, इह 20-20 दिन टीके दा असर रहिंदा, महीना महीना रहिंदा। क्योंकि मेरा टारगेट यह है भी 2.5 सालां दी कट्टी लोगों के घरे जे सवावांगे फिर ही आमदन वधूगी ना इन्हां दी। जे 4 साल कोई गल नहीं बोली जाण दे, लोगों दुध दुध पानी का पानी हो गया ना, चंगे माड़े दे लोगों आप ही पता लग गया। साडी सीगी लड़ाई यह भी चंगे ते माड़िया दी। बिस्मिल्लाहिर्रहमानिर्रहीम, अस्सलाम वालेकुम। ਤੁਸੀਂ ਦੇਖ ਰਹੇ ਜੇ ਪਾਕ ਬਫਲੋ ਟੀਵੀ YouTube ਚੈਨਲ, ਇਸ ਤੋਂ ਇਲਾਵਾ ਹਾਫਜ਼ ਅਜ਼ਹਰ ਜੱਟ ਅਫੀਸ਼ੀਅਲ ਫੇਸਬੁੱਕ ਪੇਜ। ਅੱਜ ਅਸੀਂ ਇੱਕ ਮੱਝ ਦੇ ਹਵਾਲੇ ਨਾਲ, ਦੁੱਧ ਮੁਕਾਬਲਿਆਂ ਦੇ ਹਵਾਲੇ ਨਾਲ ਇੱਕ ਬੜਾ ਅਹਿਮ ਮੌਜੂ, ਬੋਸਟਨ ਬੋਸਟਨ ਸਮੇਤ ਦੁੱਧ ਮੁਕਾਬਲਾ ਤੇ ਬੋਸਟਨ ਬਗੈਰ ਦੁੱਧ ਮੁਕਾਬਲੇ ਤੇ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ। ਹਾਲੀਆ ਦਿਨਾਂ ਵਿੱਚ 1-2 ਦਸੰਬਰ ਨੂੰ ਇੰਡੀਆ ਦੇ ਵਿੱਚ ਇੱਕ ਬੋਸਟਨ ਦੇ ਉੱਤੇ ਮੇਲਾ ਹੋਇਆ, ਬੋਸਟਨ ਤੋਂ ਬਗੈਰ, ਤੇ ਉਹ ਨਹਾਇਤ ਕਾਮਯਾਬ ਮੇਲਾ ਹੋਇਆ। ਉਸ ਮੇਲੇ ਦੇ ਚੀਫ ਆਰਗੇਨਾਈਜ਼ਰ ਪਿੰਡੂ ਸਿੱਧੂ ਸਾਹਿਬ ਨੂੰ ਅਸੀਂ ਦਾਵਤ ਦਿੱਤੀ ਹੈ, ਉਹ ਸਾਨੂੰ ਦੱਸਣਗੇ ਜੀ ਕਿ ਬੋਸਟਨ ਵਾਲਾ ਜਿਹੜਾ, ਬੋਸਟਨ ਤੋਂ ਬਗੈਰ ਕਿਸ ਤਰ੍ਹਾਂ ਉਹਨਾਂ ਨੇ ਮੇਲਾ ਜਿਹੜਾ ਵਾ ਸਾਰਾ ਦੁੱਧ ਮੁਕਾਬਲਾ ਕਰਵਾਇਆ। ਤੇ ਕੁਛ ਦੇਰ ਤੱਕ ਉਹ ਸਾਡੇ ਨਾਲ ਹੋਣਗੇ, ਅਸੀਂ ਉਹਨਾਂ ਨੂੰ ਖੁਸ਼ ਆਮਦੀਦ ਵੈਲਕਮ ਕਹਿੰਦੇ ਹਾਂ ਜੀ। ਤੇ ਅੱਜ ਕੱਲ੍ਹ ਜਿਹੜਾ ਅੱਜ ਕੱਲ ਵੀ ਤੇ ਸ਼ੁਰੂ ਤੋਂ ਵੀ ਜਦੋਂ ਦੁੱਧ ਮੁਕਾਬਲੇ ਹੁੰਦੇ ਨੇ, ਕਾਫੀ ਲੋਕ ਬਹਿਸ ਕਰਦੇ ਆ ਜੀ ਕਿ ਬੋਸਟਨ ਦਾ ਕੀ ਕਿਰਦਾਰ ਆ। ਇਸ ਕਿਰਦਾਰ ਦੇ ਉੱਤੇ ਅੱਜ ਅਸੀਂ ਜਿਹੜਾ ਇੱਕ ਪ੍ਰੈਕਟੀਕਲ ਹਾਲੀਆ ਦਿਨਾਂ 'ਚ ਹੋਇਆ ਵਾ, ਜਿਹ 'ਚ ਤਕਰੀਬਨ 63 ਮੱਝਾਂ ਦੀ ਚੁਵਾਈ ਹੋਈ ਆ, ਉਹਨਾਂ ਦਾ ਦੁੱਧ ਰਿਕਾਰਡ ਤੇ ਵੀ ਗੱਲ ਕਰਾਂਗੇ। ਮੇਲੇ ਨੂੰ ਕਿਵੇਂ ਇਹਨਾਂ ਨੇ ਕੰਟਰੋਲ ਕੀਤਾ, ਕਿਵੇਂ ਇਹਨਾਂ ਨੇ ਬੋਸਟਨ ਨੂੰ ਜਿਹੜਾ ਵਾ ਉਹਦੀ ਸੂਰਤ ਹਾਲ ਕਿਵੇਂ ਕੰਟਰੋਲ ਕੀਤੀ। ਜੇ ਮੈਨੂੰ ਪਿੰਡੀ ਸਿੱਧੂ ਸਾਹਿਬ ਸੁਣ ਰਹੇ ਆ ਤੇ ਉਹ ਸਾਨੂੰ ਜੁਆਇਨ ਕਰ ਲੈਂਦੇ ਆ, ਤੇ ਇਨਸ਼ਾਅੱਲਾ ਗੱਲਬਾਤ ਦਾ ਸਿਲਸਿਲਾ ਫਿਰ ਜਾਰੀ ਰੱਖਣਾ ਹੈ ਜੀ। ਪਾਕਿਸਤਾਨ 'ਚ ਵੀ ਦੁੱਧ ਮੁਕਾਬਲਿਆਂ ਦੀ ਬਹਿਸ ਕਾਫੀ ਦੇਰ ਤੋਂ ਜਾਰੀ ਰਹੀ ਆ, ਤੇ ਹਜੇ ਤੱਕ ਪਾਕਿਸਤਾਨ ਵਿੱਚ ਕੋਈ ਵੀ ਮੇਲਾ ਜਾਂ ਮੁਕਾਬਲਾ ਬੋਸਟਨ ਤੋਂ ਬਗੈਰ ਨਹੀਂ ਹੋ ਸਕਿਆ, ਕੋਈ ਕਾਇਦੇ ਕਾਨੂੰਨ ਨਹੀਂ ਬਣ ਸਕੇ। ਤੇ ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਦੇ ਉੱਤੇ ਅੱਛੇ ਤਰੀਕੇ ਨਾਲ ਤਫਸੀਲੀ ਗੱਲ ਕਰ ਸਕੀਏ ਕਿ ਆ ਪਾਕਿਸਤਾਨ 'ਚ ਵੀ ਇਹ ਮੁਮਕਿਨ ਆ ਕਿ ਬੋਸਟਨ ਤੋਂ ਬਗੈਰ ਮੱਝ ਨੂੰ ਜਿਹੜਾ ਵਾ ਚੈੱਕ ਕੀਤਾ ਜਾ ਸਕੇ, ਤੇ ਕਿਆ ਇਹ ਤੇ ਸ਼ੌਕੀਨ ਜਿਹੜੇ ਮੇਲਿਆਂ ਦੇ ਖਿਲਾੜੀ ਨੇ ਉਹ ਵੀ ਐਗਰੀ ਕਰਦੇ ਨਹੀਂ ਕਰਦੇ। ਰੋਜ਼ ਬਰੋਜ਼ ਦੀ ਜਿਹੜੀ ਬਹਿਸ ਆ ਇਸ ਮਾਮਲੇ ਤੇ ਵੱਧਦੀ ਜਾ ਰਹੀ ਹੈ, ਤੇ ਇਹਦੇ ਉੱਤੇ ਅਸੀਂ ਜਿਹੜਾ ਅੱਜ ਇੱਕ ਤਫਸੀਲੀ ਸੈਸ਼ਨ ਕਰ ਰਹੇ ਹਾਂ। ਤੇ ਜਿਹੜੇ ਇੰਡੀਆ ਦੇ ਵਿੱਚ ਇਸ ਚੀਜ਼ ਦੇ ਗੇਮ ਚੇਂਜਰ ਸਾਬਤ ਹੋਏ ਆ ਪਿੰਡੀ ਸਿੱਧੂ ਸਾਹਿਬ, ਉਹਨਾਂ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ, ਉਹਨਾਂ ਨੂੰ ਅਸੀਂ ਵੈਲਕਮ ਜੀ ਆਇਆਂ ਨੂੰ ਕਹਿ ਰਹੇ ਹਾਂ, ਉਹ ਸਾਡੇ ਨਾਲ ਹੁਣ ਹੋਣਗੇ ਥੋੜੀ ਦੇਰ ਤੱਕ। ਤੇ ਤੁਸੀਂ ਸਾਰੇ ਦੋਸਤਾਂ ਨੇ ਸਾਡਾ ਸਾਥ ਦੇਣਾ ਲਾਈਵ 'ਚ, ਤੇ ਦੇਖਣਾ ਜੇ ਇਸ ਮਾਲੂਮਾਤੀ ਸੈਸ਼ਨ ਦੇ ਉੱਤੇ ਕਮੈਂਟ ਸੈਸ਼ਨ 'ਚ ਆਪਣੀ ਰਾਏ ਵੀ ਦੇਣੀ ਹੈ, ਬਾਅਦ 'ਚ ਵੀ ਜਿਹੜੇ ਕੋਈ ਤੁਹਾਡੇ ਸਵਾਲਾਤ ਹੋਣਗੇ ਉਸ ਬਾਰੇ 'ਚ ਵੀ ਤੁਹਾਨੂੰ ਜਿਹੜੇ ਇਹਨਾਂ ਦੇ ਖਾਤਰ ਖਵਾਹ ਜਵਾਬ ਲੈ ਕੇ ਦਾਂਗੇ। ਫੋਟੋ ਆਈ ਬਿੰਦੀ ਸਿੱਧੂ ਦੀ। ਹਾਂਜੀ ਪਿੰਡੀ ਸਿੱਧੂ ਸਾਹਿਬ, ਤੁਹਾਡੀ ਆਵਾਜ਼ ਸਾਨੂੰ ਆ ਰਹੀ ਹੈ, ਫੋਟੋ ਨਹੀਂ ਆਈ, ਸ਼ਾਇਦ ਉਹ ਵੀ ਫੋਟੋ ਵੀ ਆ ਜਾਏ ਥੋੜੀ ਦੇਰ ਨੂੰ। ਤੇ ਅਸੀਂ ਤੁਹਾਨੂੰ ਪਾਕਿਸਤਾਨ ਦੇ ਵਿੱਚ ਪਾਕ ਬਫਲੋ ਟੀਵੀ YouTube ਚੈਨਲ, ਹਾਫਜ਼ ਅਜ਼ਹਰ ਜੱਟ ਅਫੀਸ਼ੀਅਲ ਫੇਸਬੁੱਕ ਪੇਜ ਤੇ ਅਸੀਂ ਵੈਲਕਮ ਜੀ ਆਇਆਂ ਨੂੰ ਕਹਿੰਦੇ ਹਾਂ ਜੀ। ਧੰਨ ਧੰਨ ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ ਵੀ। ਸਤਿ ਸ਼੍ਰੀ ਅਕਾਲ ਜੀ, ਸਲਾਮ, ਹੋਰ ਸੁਣਾਓ ਸਾਹਿਬ ਠੀਕ ਹੈ ਜੀ? ਜੀ ਵਾਲੇਕੁਮ ਸਲਾਮ ਜੀ, ਅੱਲਾਹ ਦੀ ਬੜੀ ਰਹਿਮਤ ਆ ਜੀ, ਤੁਹਾਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ, ਵੈਲਕਮ ਕਹਿੰਦੇ ਹਾਂ। ਸਾਡੇ ਕੋਲ ਅਲਫਾਜ਼ ਨਹੀਂ ਹੈਗੇ ਕਿ ਜਿਹਨਾਂ ਤੁਹਾਡਾ ਅਸੀਂ ਸ਼ੁਕਰੀਆ ਅਦਾ ਕਰੀਏ ਕਿ ਜਿਸ ਤਰ੍ਹਾਂ ਤੁਸੀਂ ਇੰਡੀਆ ਦੇ ਵਿੱਚ ਜਿਹੜਾ ਵਾ ਮੱਝ ਦਾ ਸ਼ੌਕ ਵਧਾ ਰਹੇ ਜੇ। ਸਾਡੇ ਤੁਸੀਂ ਇੰਡੀਆ ਦੇ ਚੈਂਪੀਅਨ ਨੀਲੀ ਰਾਵੀ ਦੇ ਤੁਸੀਂ 5 ਤੋਂ 6 ਦਫਾ ਰਹੇ ਜੇ, ਤੇ ਹੁਣ ਵੀ ਮੱਝ ਦੇ ਕੰਮ ਕਰ ਰਹੇ ਜੇ, ਤੇ ਹਾਲੀਆ ਜਿਹੜਾ ਤੁਸੀਂ ਮੇਲਾ ਕਰਾ ਕੇ ਗੇਮ ਚੇਂਜਰ ਦੇ ਤੌਰ ਤੇ ਸਾਹਮਣੇ ਆਏ ਜੇ, ਕਿ ਜਿਹੜਾ ਤੁਸੀਂ ਬੋਸਟਨ ਦੇ ਉੱਤੇ ਹਰ ਬੰਦੇ ਨੇ ਬਹਿਸ ਕੀਤੀ, ਅਸੀਂ ਤੁਹਾਨੂੰ ਸਲੂਟ ਪੇਸ਼ ਕਰਨੇ ਆ ਕਿ ਤੁਸੀਂ ਬੋਸਟਨ ਤੋਂ ਬਗੈਰ ਕੰਮ ਕਰਕੇ ਦਿਖਾਇਆ। ਤੇ ਅੱਜ ਅਸੀਂ ਹਾਂਜੀ, ਤੇ ਅਸੀਂ ਤੁਹਾਨੂੰ ਤੁਹਾਡਾ ਜਿਹੜਾ ਕਾਮਯਾਬ ਭਰਪੂਰ ਮੇਲਾ ਹੋਇਆ ਉਹਦੀ ਮੁਬਾਰਕਬਾਦ ਵੀ ਦਿੰਦੇ ਹਾਂ ਤੁਹਾਨੂੰ ਬਹੁਤ ਬਹੁਤ, ਤੇ ਅਸੀਂ ਇਨਸ਼ਾਅੱਲਾ ਆਉਣ ਵਾਲੇ ਵਕਤ 'ਚ ਤੁਹਾਡੇ ਮੇਲਿਆਂ 'ਚ ਸ਼ਾਮਲ ਵੀ ਹੋਵਾਂਗੇ, ਉਹਨਾਂ ਦੀ ਕਵਰੇਜ ਵੀ ਬਿਲਕੁਲ ਕਰਾਂਗੇ। ਸ਼ੁਕਰੀਆ ਜੀ, ਸ਼ੁਕਰੀਆ ਜੀ, ਅਸੀਂ ਤੁਹਾਨੂੰ ਦਾਵਤ ਦਿੰਨੇ, ਤੁਸੀਂ ਸਾਡੇ ਕੋਲ ਆਵੋ, ਖਿਦਮਤ ਦਾ ਮੌਕਾ ਦਵੋ ਸਾਡੀ ਮੱਝ ਨੂੰ। ਇਹ ਮੱਝ ਜਿਹੜੀ ਆ ਸਾਰਿਆਂ ਦੀ ਮੱਝ ਹੈ, ਨਾ ਇੰਡੀਆ ਦੀ ਆ ਨਾ ਪਾਕਿਸਤਾਨ ਦੀ ਆ ਜੀ। ਬਿਲਕੁਲ ਜੀ, ਬਿਲਕੁਲ ਜੀ,
हाँ जी, ते हुण असीं ना जी तुहाडे नाल गलबात दा ये सिलसिला शुरू करने कि बोस्टन तो बगैर जो तुसीं मेला कराया, इहदे बारे च सानूं दसो कि कैवें तुसीं ये सारे मामलात कीते जी। हाँ जी, ये भी दस दें जी, बाकी सुनो मैं मिला देना, साढ़े सीनियर साढ़े खजानची साहब आ गए, चल संस्था जी, जी अच्छा डॉक्टर जी, जगदीप सिंह है जी। हाँ जी, ये गोपी बोल दे मशहूर होए वे, इन्हों को गोपी बोल है, इन्हों लोग अच्छा जी, ज्यादातर जगजीत ना भुल जाते, गोपी बोल वाला याद रख दे। जी डॉक्टर साहब, वेलकम डॉक्टर साहब जी, आया नु डॉक्टर साहब, वेलकम जी, गलबात ये ये करना बहुत जेडे बहुत अच्छा जी। ये साढ़े आ गए भाई, इधर धुप जी थोड़ी पैंदी, बलदेव भाई आ गए, तो ये सारा जरा मेले का देखते हैं भी स्टॉला लगने हैं, किमें तैयारी करवानी है, की नहीं करवानी, अगलिया पिछलियां जड़िया खामियां अच्छा इन्होंने अच्छा नोट पहले ही कर लेनी है ये सारियां। जी, अच्छा, सही हाँ जी, सही ते सही उधर जी, अपने मेहमान आए भी सी जी अज अपने। सारे मेहमानों का जी, सारे दोस्तों का जी, बहुत बहुत शुक्रिया जी। मैं इन्हों बड़ी मैनू खुशी हो रही है, मैं अल्फाज च दस नहीं सकता जिन्नी मैनू तुहाडे नाल गल ये करके साडा डॉक्टर सारिया ना। साहब हुण न्यू चेला जी, इत्थे मुंडे ने मेले ते बहुत काम करवाया जी, तां ये जी 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 हुण। हाँ जी, ये भी जगदीप है जी नां इहदा, जी तां होर माशाल्लाह सुणाओ जी, भाई बहुत जान, होर सब ठीक है जी? अल्लाह दी एक बड़ी रहमत है जी, तुहाडे मेले तो बाद पाकिस्तान च भी बड़े तुहाडे रोले बने दे, बड़े लोग डिस्कस कर रहे हैं कि जी ये बोस्टन तो बगैर मेला हो कैवें गया जी, किस तरह होया, ये च मझां ने दुध थोड़ा कीता बहुता कीता। मैं कहा जी ये पिंडी साहब सिद्धू साहब आप ही दसनगे आनगे कि सारा मामला कंज होया। हाँ जी, ये सारा उही आपां अज स्टार्टिंग उही करी, अपने भरा भी वेट करी जांदे सारे, हैना, ते बाकी सलाम है जी सारे पाकिस्तान वाले भरावां नूं भी, ते सत श्री अकाल साडे इंडिया वाले भरावां नूं भी सारिआं नूं। तां जी बहुत वाह वधिया जी, लग्गिआ अज वीर दे नाल गल्लबात करदे, दोनों आपां नूं जान पछाण वधूगी, इधर पाकिस्तान वाले नाल ते नाले अपने इंडिया वाले भरावां नाल, सारे बंदे इकट्ठे जुड़े हुए जी, क्योंकि पंजाबी दे विच भी जी बहुत बहुत वधिया सोच है जी, इदां दे कमेंट आउंदे आ, अंग्रेजी दे विच भी आउंदे आ जी, बाकी बहुत सोहणा हैना चली जांदा काम। ते हाँ जी, दूजी हाँ गल जी, जी, असीं तां जी सिर्फ ये सीगा भी कोई कदे दिमाग दे विच इक जरूर आउंदा हुंदा सी, जदों असीं गल्लां करदे जगजीत इकट्ठे होंदे सी, डाक्टर आ जांदा बाई वार गए जी दे, जी असीं ये कहिंदे हुंदे सी भी मैं पाउंदा हुंदा सी चैलेंज जी, जितों कम इह हाँ स्टार्ट जी होया मैं पाउंदा हुंदा सी जी भी भाई मेरियां मझां दुध वध दिंदियां भी, जिन्हें बनणियां कैमरियां थल्ले बन्नो, सूण तों पहलां बन्नो, महीना पहलां बन लो, एक थां ते बन लो, भी ऐं कम चलदा चलदा साडा जी गालो गोली होर सारा कुछ चली गया, ठीक है, इत्थों तक कि बहुत ज्यादा धमकियां तो आके कि होर तक घेरन तक की अना सारा कुछ ही चली गया, पर आपने बस एक जी रब की कीती भी देखो भी एदू बाद कुछ मर्जी हो जाए, जेड़ा सही है भी राह तो चुना गए तो सही, ते कल नू आप नू कुछ मर्जी हो जाए, तो फिर यही संस्था की मीटिंग बुलाई असी 11 मैंबरी की, इन्हों नू आख्या भी जी ऐं जी काम लोग नहीं आउंदा यार, जेड़े नवे बंदे आ फोन करते हो कहिंदे भाई साडे तां बाई तेई दिंदियां, पर स्टार बाई तेई लीटर वाले आ, ठीक है, स्टार वो बंदे आ, पर वो बंदे डरते आउंदे नहीं भी आपां कोई कम करिए, फिर कम ये कहिंदे भी फिर पाकिस्तान जिन्ने भरा थोड़े अपने नाल जुड़े हुए जी, मैं उन्होंने पहला रابطہ कायम हुंदा सी उन्होंने बारे मैं पुछदा हुंदा जी भी बूस्टर टीका की है, क्योंकि जिहड़े साडे हुण एंटी उहदा सानूं दस देणी जी गल ही खत्म है, भी किवें लगना हाँ की सैटिंग है की नहीं, उन्होंने सानूं दस्सिया अपने भरावां ने उधरों, क्योंकि वो भरा मैनूं बड़े वधिया प्यारे लगदे, जिहड़ा बंदा उहदे मूंह चों मंनदा है, ठीक है, भी हाँ जी जी भरावा बूस्टर दे नाल साडी तैयारी 33 लीटर दी है, बूस्टर तों बिना साडी 25-26 लीटर दी है, वो हुंदा इक नंबर दा अच्छा कम भी बंदे मानते हैं, अच्छा जेडे वो भरा सी अपने पाकिस्तान ने दसिया भी सिद्धू साहब साढ़े जी बूटन दिन तैयारियां 33-34 लीटर दी, आम जी तैयारियां 26 तो 29 लीटर 30 तो थले ही है, ठीक है जी, वो भी टामगा टलगा मझा, ते बाकी नहीं दुद्ध सारा अपना पाकिस्तान मान लो इंडिया मान लो उही 20 तो लागे, ते हालिया मझा घट आ गई गिनती वालिया, ते जानी कि भी बूटन वाले 30 तो पार जाते हैं, नहीं 27 तक ही ओरिजिनल रिकॉर्ड है जी। भैन जी, शेयर करना कि नहीं हो मेरे को आना कि नहीं हो मेरे को आया नहीं गा, शेयर कर दिए तो होर ज्यादा शे वधिया। मैं ना सुनू बाई वाला ना पेज ना व्हाट्सएप से भेजता, तुम उसका पेज खोलो, सब खोलो, जी, इन्हें एक मिनट जी माड़ी सेटिंग करवा दी आप। कर लो जी, कोई नहीं। हाँ जी, वो सेटिंग जी कर दी माड़ा जहा कटे गया जी, फिर उस कोई बाद गल की नहीं कह भाई, रहे, हाँ जी, फिर उदू बाद पूछा ये कहते यार अभी लोगों के बच्चे बड़ा वहम है, वो कहते भी जो टीका है एक टीका ला के भी इन्ना लीटर दुध कढ़न गया है, 20-20 दिन टीके का असर रहिंदा, महीना महीना रहिंदा, वो चीजा फिर मैं अच्छा रिसर्च करनी स्टार्ट की, जेडे भरा मतलब मान लो भी अपने पाकिस्तान वाले सके, पाकिस्तान ने साथ दिता, इंडिया वाले ने वो काम के साथ नहीं दिता क्योंकि मानते नहीं सके, है ना, गल ही खत्म है, तां फिर हाँ वो जी, भरा कहते भी पिंदी सिद्धू ये चीज ये है भी जे तो ओवर दुध लेना वो तो लाऊंगा 2 डोजा इन्हों के तड़के ते हाथ ने, बड़ी संभल के हाँ डोज जी, लानी पी, बुखार नहीं चढ़ना, गिला कपड़ा नहीं करना, नहाउनी नहीं आई नहीं करनी, बहु नहीं करनी, पर कहते भी जे जी इहदियां दूजे दिन जिवें अज टीके आप ला दे, अज टीके लाते कल नू नहीं लगे परसों नहीं लगे, भी ये चौथे दिन दुध टुट जाती है दुबारे, वध तो वध अच्छा, कोई लीटर वध चार रख ले, चार दिन बाद असर टुटता जी, बोस्टन का चार हाँ जी दिन ना तीजे, लगे। हाँ जी 4 दिन बाद जमी टुट जाता है जी,
फिर आपां जिहड़ा सिस्टम इही बनाया वी भाई जिहड़ा साडे जे मेले दे उत्ते आउणा नाम रख ते ट्रैक्टर वधिया नाम वी यार नाम बड़े रखे बड़े नाम रखे जी यार की माझे दे तुसीं बड़े वड्डे वड्डे नाम रखे जी इह वी बहुत अच्छा काम कीता जी हाँ जी मगरली बार एक होर भी खान साहब मगरली बार भी आपां जिहड़ा इह काम कीता सीगा वी दो दंद दी मिल्किंग उह पहिलां आपां शुरू कीती नीली रावी ते मोरा दी ते इक ग्रेडड मज अपने ही मेले ते कल्लियां पंज कैटागरियां दी मिल्किंग कल्ले अपने मेले ते होई सी ऐती दूजा मेला गा नहीं अज तक किसी ने दो दंद बारे तां पुछे नहीं किसी ने क्योंकि मेरा टारगेट इह आ वी 2.5 साल की कट्टी लोगों के घर जे सवावांगे फिर ही आमदन वधूगी ना इन्हां दी जे 4 साल की कट्टी 4 साल की अपने तीजी बार गबन करवाउने आ जी चार पांच साल वाली ना कोई नहीं नफा नहीं हैगा नुकसान हैगा जी चार पांच हां जी हां जी बिल्कुल जी ओदा करके आपा दो दंदे जेड़े टेस्ट ਤੁਹਾਨੂੰ ਹੋਰ ਭੇਜਿਆ ਉਹਨੂੰ ਵੀ ਐਕਸੈਪਟ ਕਰੋ हां जी एक ਰਿਕੁਐਸਟ ਹੋਰ ਆਈ ਹੈ ਤੁਹਾਡੇ ਕੋਲੇ ਜੀ ਜਗਜੀਤ ਦੀ ਆਈ ਹੋ ਬਾਈ ਦੀ ਅੱਛਾ ਜੀ ਉਹ ਬਾਈ ਨੂੰ ਵੀ ਕਰਨੇ ਜਗਜੀਤ ਦੀ ਆ ਗਈ ਜੀ ਉਹਨਾਂ ਨੂੰ ਵੀ ਐਕਸੈਪਟ ਕਰ ਲਓ ਜੀ ਨਾਲੇ ਬੰਦੇ ਵੱਜ ਜਾਣਗੇ ਸਾਰੇ ਇੱਕ ਦੂਜੇ ਨਾਲ ਆਪਣੇ ਉਹਨਾਂ ਦੇ ਵੀ 2.5 ਲੱਖ ਐਕਸੈਪਟ ਕਰ ਲਿਆ ਜੀ ਤੇ ਉਹ ਵੀ ਸਾਡੇ ਨਾਲ ਆ ਜਾਂਦੇ ਆ ਤੁਸੀਂ ਜ਼ਰਾ ਨਾ ਆਪਣੀ ਗੱਲ ਥੋੜੀ ਜਿਹੀ ਕੱਟੀ ਕੀ ਬੋਸਟਨ ਦੇ ਉੱਤੋਂ ਜੀ ਤੁਸੀਂ ਦੱਸਿਆ ਕਿ ਤਿੰਨਾਂ ਦਿਨਾਂ ਬਾਅਦ ਉਹਦਾ ਅਸਰ ਖਤਮ ਹੋ ਜਾਂਦਾ ਫਿਰ ਤੁਸੀਂ ਉਹਦਾ ਕੀ ਲਾਇਆ ਅਮਲ ਬਣਾਇਆ ਤੇ ਜਦੋਂ ਜੀ ਜਦੋਂ 3 ਦਿਨਾਂ ਬਾਅਦ ਉਹਦਾ ਅਸਰ ਖਤਮ ਅਸੀਂ ਰਿਸਰਚ ਪੂਰੀ ਕਰ ਲਈ ਤੇ ਮੈਨੂੰ ਪਤਾ ਲੱਗਾ ਪਹਿਲਾਂ ਵੀ 22 ਤਰੀਕ ਤੱਕ ਜਿਹੜਾ ਸਾਡੇ ਮੇਲੇ ਵਾਸਤੇ ਇਦਾਂ ਦੀ ਖਤਮ ਹੋ ਜਾਂਦਾ ਜਵਾਬ ਜਾਂਦੀ ਕੁਰਸੀ ਵਾਲਾ ਅੰਦਰ ਕੁਰਸੀ ਲਾ ਕੇ ਬਾਅਦ ਜੇ ਮਤਲਬ ਜੀ ਅਸੀਂ ਕੀ ਕਰਦੇ ਤੇ ਮੇਲੇ ਦੇ ਵਾਸਤੇ ਬਾਈ ਜੀ ਸਾਨੂੰ 28 ਤਰੀਕ ਤੱਕ ਸਾਨੇ ਵੀ ਇਸ ਬੋਲੇ ਹੋਏ ਹੀ ਬਾਈ ਇੱਕ ਮਿੰਟ ਰੁਕ ਜਾਓ ਤਾਂ ਮੇਰੇ ਤੇ ਬਾਈ ਤੁਹਾਡੀ ਆਵਾਜ਼ ਨਾ ਦੁਬਾਰਾ ਆ ਰਹੀ ਹੈ ਰਿਪੀਟ ਹੋ ਗਿਆ ਭਾਈ ਆਪ ਸੁਣਾ ਲਓ ਇੱਕ ਮਿੰਟ ਕਰ ਹਾਂ ਕੁਰਸੀ ਦੇ ਦੇ ਬਾਈ ਨੂੰ ਅੰਦਰ ਬਾਈ ਜੀ ਚਾਹ ਡਾਕਟਰ ਉਹ ਬੈਡਰੂਮ ਤੇ ਆਵੜਾ ਆਲਮ ਗਿਆ ਤੇਰਾ ਪਤੀ ਜਮੂਰੇ ਜੀ ਠੀਕ ਹੈ ਜੀ हां जी हुण ठीक आवाज हां जी बथेरा भी पिंदी ने कैमरे लवाते हफी लवा रहा देखो जी ऐदा दीजा दे भी देखो आप 50 लाख मेले ते ला रहे हैं लोग आप मतलब टारगेट जो कोई एंटी होंगे उन्होंने टारगेट करना होंगे वो कह रहे हैं मैं इन्हों आख्या मैं चुप करना भी अपना किसी का मुकाबले नहीं ना ही आप किसी का बोलना सारी संस्था वाले भी यही आख्या भी आप लैब जे तो कोई चंगी है वह जवाब तो तुम्हें देना भी धन्यवाद है जोड़ा कोई उसमें बोलता है कोई गल नहीं बोली जान दे लोगों दुद्ध दुद्ध पानी का पानी हो गया ना चंगे माड़े के लोगों आप ही पता लग गया साड़ी सी लड़ाई यही भी चंगे तो माड़िया की ठीक है भी आप किमें करिए ਤੇ 25 ਤਰੀਕ ਨੂੰ ਅਸੀਂ ਐਲਾਨ ਕਰਤਾ ਵੀ 25 ਤਰੀਕ ਨੂੰ ਕੈਮਰੇ ਦਾ ਡਾਟਾ ਮਿਲੂਗਾ 25 ਤਰੀਕ ਨੂੰ ਮੱਝ ਆਉਣੀ ਜ਼ਰੂਰੀ ਹੈ ਜੇ 25 ਤਰੀਕ ਨੂੰ ਰਾਤ ਨੂੰ 12 ਵਜੇ ਤੋਂ ਬਾਅਦ ਕੋਈ ਮੱਝ ਆਈ ਉਹਦੀ ਵੀ ਕੋਈ ਐਂਟਰੀ ਨਹੀਂ ਅਸੀਂ ਸੰਡੇ ਦੀ ਹਾਂਜੀ ਚਵਾਂਗਾ ਜੀ ਪਹਿਲੇ ਤਾਂ ਨਹੀਂ ਸਟਾਰਟ ਕਰਤੀਆਂ ਜੀ ਸਾਡਾ ਡਾਕਟਰ ਹੈ ਜੀ ਇਹਨੂੰ ਲੈਬ ਵੀ ਵਧੀਆ ਕਰਦਾ ਰਹਿੰਦਾ ਹੈ ਲੈਬ ਕਰਦਾ ਰਹਿੰਦਾ ਚਵਾਂਗਾ ਜੀ ਪਹਿਲਾਂ ਤੋਂ ਸਟਾਰਟ ਕਰਤੀਆਂ ਵੀ ਜੇ ਕੋਈ ਬਿਮਾਰ ਦੀ ਅਪਡੇਟ ਵੀ ਮਿਲੂ ਲੋਕਾਂ ਨੂੰ ਵੀ ਆਹ ਭਾਈ ਬਿਮਾਰ ਹੋ ਗਈ ਸੀ ਆਹ ਦੁਬਾਰੇ ਠੀਕ ਹੋ ਗਈ ਹਨਾ ਸਾਰਾ ਕੁਝ ਅਪਡੇਟ ਦਿੰਦੇ ਰਹੇ ਪਰ ਜਾ ਕੇ ਜਿਹੜੀਆਂ ਮੱਝਾਂ ਨੇ ਆ ਵੀ ਕੋਈ ਉੱਥੇ ਬੂਸਟਨ ਟੀਕਾ ਐਵੇਂ ਮੈਂ ਕਹਿ ਦਿਆਂ ਵੀ ਓਵਰ ਦੁੱਧ ਕੱਢਦੀਆਂ ਜੀ ਨਹੀਂ ਕਿਸੇ ਨੇ ਨਹੀਂ ਲਾਇਆ ਸਾਰੀਆਂ ਮੱਝਾਂ ਉਹੀ ਜਿਵੇਂ ਪਹਿਲਾਂ ਵਾਲੀਆਂ ਤਿਆਰੀਆਂ ਹੁੰਦੀਆਂ 2018-19 ਦੇ ਵਿੱਚ 19 ਦੇ ਵਿੱਚ ਸਾਡੇ ਚੱਲਿਆ ਇਹ 19 ਦੇ ਵਿੱਚ ਪਹਿਲੀ ਵਾਰ ਲੱਗਿਆ ਇੱਕ ਮੱਝ ਦੇ ਉੱਥੋਂ ਜਾ ਕੇ ਕੰਮ ਵਧਿਆ ਤੇ ਉਹਨੇ ਦੋ ਵਾਰ ਦੁੱਧ ਕੱਢਿਆ ਸੀਗਾ ਜੀ ਉਦੋਂ ਬਾਅਦ ਕੀ ਹੋਇਆ ਜਦੋਂ ਮੈਂ ਕਿਹਾ ਜਦੋਂ ਦੁੱਧ ਇੰਨਾ ਇੰਨਾ ਨਿਕਲਦਾ ਵੀ ਉਦੋਂ ਮੱਝਾਂ ਆਂ ਆਪਣੇ ਮੇਲੇ ਤੇ ਆਪਣੇ ਮੇਲੇ ਤੇ ਵੀ 23-24 ਇੱਥੋਂ ਤੱਕ ਮੱਝ ਰੀਜਨਲ ਜਿਹੜੀ ਆਈ ਤੇ ਨੀਲੀ ਰਾ ਵੀ ਮੱਝ ਆਈ 20 ਲੀਟਰ ਵਾਲੀ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਵੀ 20 ਵਾਲੀ ਆ ਉਹਨੇ 19-18 ਤੇ ਖੜ ਜਾਣਾ ਮਾੜਾ ਮੋਟਾ ਘਟਨਾ ਵਧਣਾ ਨਹੀਂ ਮੱਝਾਂ ਸਹੀ ਲੈ ਕੇ ਸਾਰੇ ਭਰਾ ਐਵੇਂ ਆਪਾਂ ਕਹਿ ਦਈਏ ਆਪਾਂ ਦੀ ਕੋਈ ਬਰੀਡਰ ਸੀ ਵੀ ਘਰੋਂ ਲਾ ਕੇ ਲਏ ਐਂ ਕਰਕੇ ਲਏ ਨਹੀਂ ਉਹ ਕੰਮ ਗਲਤ ਹੈ ਕਿਉਂਕਿ ਹਰ ਇੱਕ ਨੂੰ ਪਤਾ ਸੀ ਫਿਰ ਅਸੀਂ 25 ਨੂੰ ਰੱਖੀਆਂ 26 27 28 29 29 ਨੂੰ ਅਸੀਂ ਖਾਲੀ ਕਰਾਤੀਆਂ ਜੀ ਦੋਨੇ ਟਾਈਮ ਹੀ ਲਿਖੀਆਂ ਚਵਾਂਗਾ 30 ਨੂੰ ਫੇਰ ਅਸੀਂ ਦੋਨੇ ਟਾਈਮ ਹੀ ਖਾਲੀ ਕਰਤੀਆਂ ਜੀ ਗੱਲ ਹੀ ਖਤਮ ਹੈ ਦੋਨੇ ਟਾਈਮ ਹੀ ਫੇਰ ਚਵਾਂਗਾ ਲਿਖੀਆਂ ਵੀ ਦੁੱਧ ਦੀ ਵੀ ਅਪਡੇਟ ਦੇਤੀ ਡੇਢ ਲਿਖੀ ਜੀ ਤਾਂ ਬਾਈ ਦਾ ਕੱਟਿਆ ਗਿਆ ਜੀ ਰਾਜ ਜੀਗਾ ਚਾ ਕੱਟਿਆ ਗਈ ਚਲੋ ਕੋਈ ਗੱਲ ਨਹੀਂ ਜੀ ਅੱਗੇ ਵਾਲੀ ਮੈਂ ਦੱਸਦਾ ਤੁਹਾਨੂੰ ਹਾਂਜੀ ਤੁਸੀਂ ਉਹਦੇ ਵਿੱਚ ਕੀਤੀ ਜਦੋਂ ਮੱਝਾਂ ਆਪਾਂ ਬੁਲਾ ਲੀਆਂ ਜੀ ਮੰਨ ਲਓ ਪਹਿਲਾਂ ਬੁਲਾ ਲੀਆਂ ਤੇ ਜਦੋਂ ਮੈਂ ਕਿਹਾ ਵੀ 7 ਚਵਾਈਆਂ ਦਾ ਦੁੱਧ ਨਾਪਣਾਗਾ ਜੀ ਜੀ ਜਿਹੜੇ ਉੱਥੇ ਚਵਾਈ ਕਰਾਉਣ ਆਈ ਸੀ ਉਹਨਾਂ ਦੇ ਭਾਰ ਹੀ ਬਣ ਗਈ ਕਿ 7 ਚਵਾਈਆਂ ਆਪਾਂ ਇਹਨਾਂ ਨੂੰ ਮੇਨਟੇਨ ਕਿਵੇਂ ਕਰਾਂਗੇ ਅੱਛਾ ਜੀ ਕਿਉਂਕਿ 7 ਚਵਾਈਆਂ ਜਿਹੜੀਆਂ ਮੇਨਟੇਨ ਕਰਨੀਆਂ ਬਹੁਤ ਔਖੀਆਂ ਨੇ ਜੀ ਜੀ ਇੱਕ ਅੱਧੀ ਚਵਾਈ ਤੇ ਦੁੱਧ ਕੋਈ ਵੀ ਚਵਾ ਲੈਂਦਾ ਜਦੋਂ 7 ਚਵਾਈਆਂ ਮੇਨਟੇਨ ਕਰਨੀਆਂ ਫਿਰ ਬੜੀ ਮੁਸ਼ਕਲ ਖੜੀ ਹੁੰਦੀ ਆ ਜੀ ਜੀ ਠੀਕ ਹੈ ਨਾ ਉਹ ਚ ਮੇਰਾ ਮੇਨ ਮੋਟਿਵ ਕੀਤੀ ਗਿਆ ਵੀ ਜਦੋਂ ਆਪਾਂ ਮੱਝਾਂ ਨੇ 7 ਦਿਨ ਪਹਿਲਾਂ ਬੁਲਾ ਲਈਆਂ ਤਾਂ ਜਿਹਦਾ ਬੂਸਟਨ ਲੱਗਿਆ ਉਹ 3 ਦਿਨਾਂ ਤੱਕ ਖਤਮ ਹੋ ਜਾਣਾ ਜਾਂ ਲਾਸਟ ਵਾਲੀਆਂ 2 ਚਵਾਈਆਂ ਚ ਖਤਮ ਹੋ ਜਾਣਾ ਤੇ ਮੱਝਾਂ ਨੇ ਦੁੱਧ ਤੋੜਨਾ ਤੇ ਆਪਾਂ ਨੂੰ ਪਤਾ ਲੱਗ ਜਾਣਾ ਵੀ ਇਹਨਾਂ ਲਾਸਟ ਵਾਲੀਆਂ 2 ਚਵਾਈਆਂ ਚ ਖਤਮ ਹੋ ਜਾਣਾ ਤੇ ਮੱਝਾਂ ਨੇ ਦੁੱਧ ਤੋੜਨਾ ਤੇ ਆਪਾਂ ਨੂੰ ਪਤਾ ਲੱਗ ਜਾਣਾ ਵੀ ਇਹਨਾਂ ਨੇ ਬੂਸਟਨ ਲਾਇਆ ਸੀ ਜੀ ਜੀ ਲੱਗ ਜਾਣਾ ਪਤਾ ਬਿਲਕੁਲ ਸਹੀ ਗੱਲ ਲੱਗ ਗਿਆ ਹਾਂਜੀ ਤਾਂ ਉਹ ਇਸ ਕਰਕੇ ਰੱਖਿਆ ਸੀ ਕਿ ਮੱਝਾਂ ਦਾ ਟੈਂਪਰੇਚਰ ਵੀ ਡਾਊਨ ਜਾਊਗਾ ਤੇ ਮੱਝਾਂ ਨੂੰ ਪ੍ਰੋਬਲਮ ਵੀ ਆਉਣੀ ਆ ਜੀ ਜੀ
ਜੀ ਭਾਈ ਠੀਕ ਹੈ ਨਾ ਪਿੰਡੀ ਆ ਗਏ ਜੀ ਨਾਲ ਸਾਡੇ ਹਾਂਜੀ ਤੇ ਫਿਰ ਹਾਂਜੀ ਹਾਂਜੀ ਆ ਗਏ ਇੱਕ ਮਿੰਟ ਤੁਹਾਨੂੰ ਫਿਰ ਮੈਂ ਰਿਜ਼ਲਟ ਦੱਸਦਾ ਜੀ ਮੱਝਾਂ ਦਾ ਫਿਰ ਜਿਹੜੀ ਆਪਾਂ ਪਰਮਾਤਮਾ ਨੂੰ ਹਾਜ਼ਰ ਜਾ ਕੇ ਨਾਲ ਕੇ ਤੇ ਆਪਾਂ ਕੰਮ ਕੀਤਾ ਸੀਗਾ ਜੀ ਤੇ ਆ ਰਿਜ਼ਲਟ ਦੇਖੋ ਜੀ ਸਾਡੇ ਕੋਲੇ ਇਧਰ ਵੀ ਆ ਦੇ ਇੱਕ ਮਿੰਟ ਫੈਲਾ ਹੋਣਾ ਇੱਥੇ ਹੋਣਾ ਸਾਰੇ ਰਿਜ਼ਲਟ ਜਿਹੜੇ ਪਏ ਆ ਜੀ ਸਾਡੇ ਕੋਲੇ ਤੇ ਹੁਣ ਅਸੀਂ ਇਹ ਡਾਇਰੀ ਤੇ ਲਿਖੇ ਸੀ ਕਿਉਂਕਿ ਜਿਹੜਾ ਦੂਜੇ ਨਾਮ ਪਾਉਣੇ ਸੀ ਹੁਣ ਮੈਂ ਤੁਹਾਨੂੰ ਦੱਸਦਾ ਜੀ ਫਿਰ ਦੁੱਧ ਦਾ ਕੀ ਫਰਕ ਪੈ ਗਿਆ ਤਾਂ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਤੇ ਅਸੀਂ ਫਿਰ ਹੋਲੇ ਬੰਦੇ ਤੁਸੀਂ ਦੁੱਧ ਦਾ ਫਰਕ ਤੁਸੀਂ ਤਾਂ ਚੈਂਪੀਅਨ ਪੰਜ ਵਾਰੀ ਦੇ ਨੀਲੀ ਰਾਵੀ ਦੇ ਦੁੱਧ ਦਾ ਤੁਸੀਂ ਅੱਜ ਮੁਕੰਮਲ ਆਪਣੇ ਤਜਰਬੇ ਨਾਲ ਫਰਕ ਕੱਢ ਕੇ ਦੱਸਣਾ ਜੇ ਕਿ ਬੋਸਟਨ ਤੇ ਬੋਸਟਨ ਤੋਂ ਬਗੈਰ ਦਾ ਇੱਕ ਇੱਕ ਚੀਜ਼ ਹੋਰ ਦੇਖੋ ਜੀ 12 ਦਾ ਵਾ 8 ਦਾ ਕਿੰਨਾ ਜਿਹੜੇ ਬੰਦੇ ਸਾਨੂੰ ਪਰੇਸ਼ਾਨ ਮੇਲੇ ਚ ਕਰਦੇ ਸੀ ਕਹਿੰਦੇ ਸਾਡੇ ਤੇ ਦਬਾਅ ਜੀ ਸਾਨੂੰ ਗੋਹਾ ਵੀ ਨਹੀਂ ਖਿੱਚਣ ਦਿੰਦੇ ਹਾਂਜੀ ਫੇਰ ਕੱਟ ਗਿਆ ਪ੍ਰਧਾਨ ਜੀ ਚਲੋ ਆ ਜਾਂਦਾ ਜੀ ਤੁਸੀਂ ਕਰੋ ਗੱਲ ਜੀ ਦੁਬਾਰੇ ਆ ਜਾਣਗੇ ਕੋਈ ਗੱਲ ਨਹੀਂ ਆ ਜਾਂਦੇ ਔਰ ਰੇਂਜ ਰੂੰਜ ਘਟਦੀ ਆ ਕਈ ਵਾਰ ਉਹ ਜਿਹੜਾ ਦੁੱਧ ਦਾ ਫਰਕ ਰਿਹਾ ਜੀ ਮੰਨ ਲਓ 1 ਕਿਲੋ ਦੇ ਵਿੱਚ ਪਹਿਲੇ 5 ਨਾਮ ਆ ਗਏ 1 ਕਿਲੋ ਚ ਪਹਿਲੇ ਨਾਮ ਆ ਗਏ ਜੀ ਹਾਂਜੀ 22 ਕਿਲੋ ਆਇਆ ਜੀ ਫਸਟ ਪੋਜੀਸ਼ਨ ਦਾ ਜੀ ਹਾਂ ਬਸ 21 ਤੱਕ ਲਾਸਟ ਵਾਲੇ ਮੁੱਕ ਗਏ ਸੀ ਪਹਿਲੇ 5 ਨਾਮ 21 ਕਿਲੋ ਤੱਕ ਕਲੀਅਰ ਹੋ ਗਏ ਸੀ ਅੱਛਾ ਜੀ ਬਾਈ ਆ ਗਿਆ ਮੈਂ ਕਿਹਾ ਜੀ ਉਹਨੂੰ ਬਾਈ ਨੂੰ ਨਾਲ ਹਾਂਜੀ ਹਾਂਜੀ ਆਪਾਂ ਕਹਿੰਦੇ ਆ ਵੀ ਸ਼ੁੱਧ ਦੁੱਧ ਹੋਵੇ ਸਾਰਿਆਂ ਕੋਲ ਸ਼ੁੱਧ ਦੁੱਧ ਪਹੁੰਚੇ ਸ਼ੁੱਧ ਦੁੱਧ ਪੀਣ ਜਿਹਦੇ ਨਾਲ ਕੋਈ ਬੰਦਾ ਨੁਕਸਾਨ ਨਾ ਹੋਵੇ ਨੁਕਸਾਨ ਨਾ ਹੋਵੇ ਜੀ ਬਿਲਕੁਲ ਹਾਂਜੀ ਬਿਲਕੁਲ ਪ੍ਰਧਾਨ ਜੀ ਹੁਣ ਜੀ ਉਦੋਂ ਬਾਅਦ ਫਿਰ ਕੀ ਹੋਇਆ ਦੁੱਧ ਟੁੱਟ ਗਿਆ ਇੱਕ ਮੱਝ ਤਾਂ ਸੀ ਜਿਹੜੇ ਬੰਦੇ ਸਾਨੂੰ ਹੈਰਾਨ ਇਹਨਾਂ ਨੂੰ ਮੈਂ ਪਹਿਲਾਂ ਹੀ ਕਹਿੰਦਾ ਡਾਕਟਰ ਵਰਗਿਆਂ ਨੂੰ ਮੈਂ ਕਿਹਾ ਇਹ ਬੰਦਾ ਜਾਣ ਕੇ ਆਉਂਦਾ ਨਾ ਸਾਨੂੰ ਆਏ ਆ ਜੀ ਕੈਮਰੇ ਕਿੱਥੇ ਚੱਲਦੇ ਆ ਦੂਜੇ ਦਿਨ ਚੱਲਦੇ ਕੈਮਰੇ ਸਾਰਿਆਂ ਦੇ ਲੱਗੇ ਹੋਏ ਸੀ ਚੰਗੇ ਜਿਹੜੇ ਬਰੀਡਰ ਹੈ ਹਰ ਇੱਕ ਦੇ ਕੈਮਰੇ ਉਵੇਂ ਹੀ ਸੀਗੇ ਵੀ ਕੋਈ ਡਾਊਟ ਨਹੀਂ ਸੀ ਪਰ ਉਹ ਬੰਦੇ ਦੇਖਦੇ ਸੀ ਵੀ ਅਸੀਂ ਕਿਹੜੇ ਐਂਗਲ ਤੋਂ ਦੇਖਦੇ ਆ ਕਿਹੜੇ ਤੋਂ ਨਹੀਂ ਉਹੀ ਬਹਿਬਤ ਕੀਤੀ ਇਹਨਾਂ ਨੂੰ ਮੈਂ ਕਿਹਾ ਨਿਗਾਹ ਰੱਖਣੀ ਹੈ 8:29 ਤੇ ਅਸੀਂ ਟੀਕਾ ਲਾਉਂਦਾ ਫੜਿਆ ਗਿਆ ਬੂਸਟਨ ਜੀ ਬੰਦਾ ਮੇਲੇ ਚੋਂ ਮੱਝ ਛੱਡ ਕੇ ਭੱਜ ਗਿਆ ਹਾਂਜੀ ਤੇ ਜਿਹੜੇ ਬੰਦੇ ਨਾਲ ਆਏ ਸੀਗੇ ਉਹੀ ਸਾਡੇ ਤੇ ਪ੍ਰੈਸ਼ਰ ਬਣਾਉਂਦੇ ਸੀ ਵੀ ਜੇ ਮੱਝ ਮਰ ਗਈ ਤੇ ਤੁਹਾਡੀ ਸੰਤਾ ਤੇ ਗੱਲ ਆਊ ਦੇਖੋ ਨਾਲੇ ਚੰਗਾ ਕੰਮ ਨਾਲੇ ਫੇਰ ਵੀ ਸਾਡੇ ਦੇਖ ਸਣ ਜੇ ਮੱਝ ਮਰ ਗਈ ਕਹਿੰਦੇ ਤੁਹਾਡੇ ਤੇ ਫਿਰ ਉਹਨਾਂ ਨੂੰ ਫੋਨ ਕੀਤਾ ਵੀ ਘਰੇ ਪੁਲਿਸ ਭੇਜਾਂਗੇ ਜਾਂ ਗੱਡੀ ਭੇਜੋ ਗੱਲ ਖਤਮ ਹੈ ਆਪਦੀ ਮੱਝ ਲੈ ਜਾਓ ਠੀਕ ਹੈ ਜੁਰਮਾਨਾ ਜ਼ਰੂਰ ਉਹਨਾਂ ਦਾ ਕੀ ਜੁਰਮਾਨਾ ਤਾਂ ਐਂ ਕੀਤਾ ਵੀ ਉਹ ਗਰੁੱਪ ਨੂੰ ਗਾਹ ਨੂੰ ਛਾਂਟਾਂਗੇ ਵੀ ਉਹ ਮੱਝ ਤਾਂ ਕਿਸੇ ਦੇ ਨਾਲ ਸਾਂਝੀ ਸੀ ਪਤਾ ਐਂ ਵੀ ਅਭੀ ਸਾਂਝੀ ਕੀਤੀ ਕਿਉਂਕਿ ਆਪ ਹੀ ਮੰਨ ਗਏ ਸੀ ਹੁਣ ਜੁਰਮਾਨੇ ਤੋਂ ਬਿਨਾਂ ਮੱਝ ਤੋਰ ਨਹੀਂ ਪਈ ਜੀ ਦੇਖੋ ਕਿੱਡੀ ਵੱਡੀ ਹਰਕਤ ਕੀਤੀ ਆਪਾਂ ਤੋਰ ਤੇ ਉਹਨਾਂ ਨੂੰ ਬੈਨ ਕਰਤਾ ਬੰਦਿਆਂ ਨੂੰ 5 ਸਾਲਾਂ ਵਾਸਤੇ ਪਰ ਉਦਾਂ ਦੇ ਬੰਦੇ ਨੂੰ ਟੀਕੇ ਵਾਲੇ ਨੂੰ ਆਪਾਂ ਸਾਰੀ ਉਮਰ ਵਾਲਾ ਵੀ ਬੈਨ ਵਾਲਾ ਸਿਸਟਮ ਰੱਖਾਂਗੇ ਵੀ ਜਿਹੜਾ ਇੱਕ ਮੇਲੇ 'ਚ ਲੜਦਾ ਕਮੇਟੀ ਨਾਲ ਆ ਕੇ ਕਿਉਂਕਿ ਕਮੇਟੀ ਬਹੁਤ ਕੁਛ ਕਰਦੇ ਦੇਖੋ ਜੀ ਘਰੇ ਬੈਠੇ ਮੁੰਡੇ ਅੱਜ ਮੇਲਾ ਜਿੱਤ ਕੇ ਗਏ ਤੇ ਜੇ ਆਪਾਂ ਨੂੰ ਹੁਣ ਕਮੇਟੀ ਆਪਾਂ ਉਹਨਾਂ ਦੇ ਮਾਰੀ ਕੰਮ ਕਰੀ ਜਾਂਦੇ ਹਾਂ ਤੇ ਜੇ ਆਪਾਂ ਨੂੰ ਉੱਥੇ ਘੁਰ ਕਰਨਗੇ ਆ ਕੇ ਮੇਲੇ 'ਚ ਆਪਾਂ ਨੂੰ ਬੋਲਣਗੇ ਤਾਂ ਫਿਰ ਉਦਾਂ ਦੇ ਬੰਦਿਆਂ ਨੂੰ ਮੇਲੇ 'ਚ ਬਾਹਰ ਕੱਢਣਾ ਚਾਹੀਦਾ ਜੀ ਕਿਉਂਕਿ ਉਹਨਾਂ ਦਾ ਇੱਕ ਟਾਰਗੇਟ ਹੀ ਹੁੰਦਾ ਵੀ ਚੰਗਾ ਮੇਲਾ ਖਰਾਬ ਕਰਨ ਦਾ ਜੀ ਮੇਲਾ ਖਰਾਬ ਕਰਨ ਵਾਲੇ ਵਿੱਚ ਹੁੰਦੇ ਨੇ ਜੀ ਬੰਦੇ ਬਿਲਕੁਲ ਹੁਣ ਵੀ ਸੀਗਾ ਜੀ ਫਿਰ ਦੇਖੋ ਜੀ ਮੱਝਾਂ ਦਾ ਫਰਕ ਕੀ 29 ਨੂੰ ਅਸੀਂ ਚਵਾਈ ਕਰਾਈ 30 ਨੂੰ ਚਵਾਈ ਕਰਾਂਗਾ ਅਸੀਂ ਲਿਖੀਆਂ ਕੱਲੀਆਂ ਕੱਲੀਆਂ ਰਿਪੋਰਟਾਂ ਸਾਡੇ ਕੋਲੇ ਆ ਫਿਰ ਅਸੀਂ ਇੱਕ ਨੂੰ ਚਵਾਂਗਾ ਕਰਾਂਗਾ ਬਥੇਰੇ ਲੋਕ ਲੜੇ ਕਹਿੰਦੇ ਜੀ ਚਵਾਂਗਾ ਤਾਂ 3 ਮਿਤਰੀਆਂ ਚਾਹੀਦੀਆਂ ਤਾਂ ਇੱਕ ਤੋਂ ਹੀ ਕਰਾਵਾਂਗੇ ਵੀ ਤੁਸੀਂ ਕਿਵੇਂ ਕਰਾਵੋਗੇ ਮੇਲਾ ਹੁਣ ਅਸੀਂ ਕਰਾਏ ਨੇ ਪੈਸਿਆਂ ਦਾ ਵੀ ਚੱਲਣਾ ਤਾਂ ਸਾਡੇ ਮਗਰੀ ਚੱਲੂ ਤੇ ਫਿਰ ਜਿਹੜਾ ਰਿਜ਼ਲਟ ਆਇਆ ਜੀ ਫਿਰ ਰਿਜ਼ਲਟ ਦੇਖ ਕੇ ਤੁਸੀਂ ਚੌਂਕ ਜਾਣਾ ਵੀ ਤੁਸੀਂ ਐਂ ਦੇਖੋ ਵੀ ਕਿੰਨੀਆਂ ਮੱਝਾਂ 1 ਲੀਟਰ ਦੇ ਅੰਡਰ 'ਚ 600 ਗ੍ਰਾਮ 'ਚ ਜਿੱਤੀਆਂ ਹਰੀਆਂ ਪਹਿਲੀ ਮੱਝ ਨੇ ਟਰੈਕਟਰ ਜਿੱਤਿਆ ਜੀ ਮੋਹਰਾ ਨਸਲ ਦੇ ਵਿੱਚ ਮੋਹਰਾ ਕਾਲੀ ਠੀਕ ਹੈ ਜੀ 22 ਕਿਲੋ 320 ਗ੍ਰਾਮ ਜੀ ਠੀਕ ਹੈ ਜੀ ਫਸਟ ਜਿਹੜੀ 22 ਕਿਲੋ ਜਿਹੜੀ ਫਸਟ ਹੈ ਜੀ ਟਰੈਕਟਰ ਜਿੱਤ ਕੇ ਲਗਾਈ ਦੂਜੇ ਨੰਬਰ ਤੇ ਜਿਹੜੀ ਮੱਝ ਆ ਉਹ ਹੈਗੀ ਆ 22 ਗ੍ਰਾਮ 22 ਕਿਲੋ 24 ਗ੍ਰਾਮ ਦੁੱਧ ਦਿੱਤਾ ਜੀ ਉਹਨੇ 300 ਗ੍ਰਾਮ ਤੋਂ ਘੱਟ ਮਤਲਬ ਫਰਕ ਹੈ ਜੀ ਤੇ ਉਹਨੇ ਦੂਜਾ ਨੰਬਰ ਲਿਆ ਤੀਜੇ ਨੰਬਰ ਵਾਲੀ ਨੇ 21808 ਠੀਕ ਹੈ ਜੀ ਇਹ ਤੀਜਾ ਨੰਬਰ ਚੌਥਾ ਨੰਬਰ 21624 ਜੀ ਤੇ ਪੰਜਵਾਂ ਨੰਬਰ 21496 ਜੀ 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 ਤੇ ਛੇਵਾਂ ਨੰਬਰ ਹੈਗਾ ਜੀ 20976 ਸੱਤਵਾਂ ਨੰਬਰ 20552 ਅੱਠਵਾਂ ਨੰਬਰ 20312 ਨੌਵਾਂ ਨੰਬਰ 19416 ਤੇ ਦਸਵਾਂ ਨੰਬਰ ਹੈਗਾ ਜੀ 19144 ਗ੍ਰਾਮ ਦੁੱਧ ਤੇ ਕਿੱਥੇ 35 ਤੇ ਕਿੱਥੇ 22 ਇਹ ਹੁਣ ਤੁਸੀਂ ਪਿੰਡੀ ਸਾਹਿਬ ਤੁਸੀਂ ਇਹ ਗੱਲ ਦੱਸੋ ਸਾਨੂੰ ਕਿ ਬੋਸਟਨ ਨਾਲ ਵੀ ਚਵਾਈਆਂ ਕਰਾ ਕੇ ਵੇਖੀਆਂ ਬੋਸਟਨ ਤੋਂ ਬਗੈਰ ਕਰਾਈਆਂ ਕਿਆ ਬੋਸਟਨ ਦਾ ਜੰਪ 10-12 ਕਿਲੋ ਦਾ ਹੈ ਜਾਂ ਨਹੀਂ ਹੈ ਇਹ ਤੁਸੀਂ ਦੱਸੋ ਕਿੰਨਾ ਤੁਹਾਡੇ ਤਜਰਬੇ ਦੇ ਮੁਤਾਬਕ ਜੇ ਮੇਰੇ ਤਜਰਬੇ ਦੇ ਮੁਕਾਬਲੇ ਜਿਵੇਂ ਹੁਣ ਸਾਨੂੰ ਦੇਖਣ ਨੂੰ ਮਿਲਦਾ ਜਿਹੜੀਆਂ ਸਾਡੇ ਹੱਥੀ ਮੱਝਾਂ ਨੇ ਚੰਗੇ ਬਰੀਡਰਾਂ ਨੇ ਦੁੱਧ ਕੱਢਿਆ ਸੀ 24-25 ਲੀਟਰ ਚੰਗੀ ਸੇਵਾ ਤੇ ਉਹ ਮੱਝਾਂ ਨੇ 33-33 ਲੀਟਰ ਦੁੱਧ ਕੱਢਿਆ ਬਾਅਦ ਦੇ ਵਿੱਚ ਉੱਥੋਂ ਦੇਖਣ ਨੂੰ ਮਿਲਦਾ ਵੀ ਮੱਝ ਜਿਹੜੀ 8-10 ਲੀਟਰ ਆ 10 ਲੀਟਰ ਨਹੀਂ ਕਹਿ ਸਕਦੇ 10 ਲੀਟਰ ਵੀ ਚੱਕਦੀ ਹੈ 10 ਲੀਟਰ ਉਹਦੀ ਚੱਕਦੀ ਹੈ ਜਿਹੜਾ ਕੋਈ ਬੰਦਾ ਮੂੰਹ 'ਚ ਹੱਥ ਰੱਖਦਾ ਅੱਛਾ ਜੀ ਤੁਸੀਂ ਦੱਸੋ ਜੀ ਬਾਈ ਦਾ ਫਿਰ ਕੱਟਿਆ ਗਿਆ ਮੈਂ 8-10 ਬਾਈ ਬੜੀ ਗੱਲ ਪੁਆਇੰਟ ਦੀ ਕਰ ਰਹੇ ਸੀ 10 ਲੀਟਰ ਦਾ ਜੰਪ ਆ ਜੀ ਜਿਹੜੇ ਬੰਦੇ ਕੋਲੇ ਤਜਰਬੇ ਜ਼ਿਆਦਾਗਾ ਖੁਰਾਕ ਜ਼ਿਆਦਾ ਖਵਾ ਲੈਂਦਾ ਉਹਦੀ ਮੱਝ 10 ਲੀਟਰ ਦਾ ਜੰਪ ਮਾਰਦੀ ਆ ਫੁੱਲ ਉਸਤਾਦ ਬੰਦਾ ਹੋਵੇ ਕਾਰੀਗਰ ਹੋਵੇ ਬੋਸਟਨ ਮਸਾਲਾ ਮੂੰਹ 'ਚ ਹੱਥ ਸਾਰਾ ਮੱਝ ਦਾ ਕਰੇ ਉਹ 10 ਕਿਲੋ ਦਾ ਵੀ ਜੰਪ ਲੈ ਜਾਂਦਾ ਹਾਂਜੀ 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 ਇਹ ਹੁਣ ਤੁਹਾਡਾ ਤਜਰਬਾ ਪ੍ਰੈਕਟੀਕਲ ਆ
सब तो वड्डा नुकसान होया थी उन्हां भरावां दा जिन्हां कोले घट दुध वालियां मझां ओह टिक गई थी कि 20 22 किलो दुध वाली भी कोई मझ हुंदी आ। हां जी 20 22 किलो वाली जी जी ओहनूं मझ ही समझणों हट गई थी। हां जी सब तो वड्डा नुकसान इत्थे हुंदा सी कि उन्हां ने मझ समझणी बंद करता थी 20 22 किलो वाली नूं। पर मैं हमेशा ही कहना थी वी जिहदी 20 किलो दुध दिंदी आ ओह बहुत वधिया, जिहदी 20 दिंदी आ मैनूं लाइव च वाई करा लो मेरे तों जी जी। हां जी भी आली दुध मझ कोई माड़ी नहीं हुंदी, बहुत वधिया दुध दिंदी हुंदी आ, जे ओहदी संभाल कर दो तां 23 24 ते 23 ते जा सकदी आ ओह। हां जी आली मझ दी जे एक्स्ट्रा संभाल करदे आ ਆ 20 ਕਿਲੋ ਵਾਲੀ ਚੰਗੀ ਮੱਝ ਹੈ, ਯਾਨੀ ਕਿ ਹੁਣ 22 ਕਿਲੋ ਤੇ 10 ਤਾਂ ਨਾ 22 ਕਿਲੋ 300 ਗ੍ਰਾਮ ਵਿੱਚ ਫਸਟ ਆ ਗਈ। ਦੇਖੋ ਜੀ ਇੱਥੇ ਤਾਂ ਆਪਾਂ ਨੇ ਮੇਲਾ ਕਰਾ ਕੇ 10 20 ਘਰ ਖੁਸ਼ ਕਰਨੇ ਆ। ਹਾਂਜੀ ਠੀਕ ਹੈ ਨਾ, ਕਿੱਥੇ 10 20 ਘਰ ਖੁਸ਼ ਹੋਣ, ਕਿੱਥੇ ਹਜ਼ਾਰਾਂ ਘਰ ਖੁਸ਼ ਹੋਣ, ਆਪਾਂ 20 ਘਰ ਖੁਸ਼ ਕਰਨੇ ਆ। ਹਾਂਜੀ ਠੀਕ ਹੈ ਨਾ, ਕਿੱਥੇ 10 20 ਘਰ ਖੁਸ਼ ਹੋਣ, ਕਿੱਥੇ ਹਜ਼ਾਰਾਂ ਘਰ ਖੁਸ਼ ਹੋਣ, ਆਪਾਂ ਉਹਨਾਂ ਹਜ਼ਾਰਾਂ ਘਰਾਂ ਨੂੰ ਨਾਲ ਲੈ ਕੇ ਚੱਲਣਾ 10 20 ਨੂੰ ਛੱਡ ਕੇ। ਸਹੀ ਸਹੀ, ਇਹ ਤਾਂ ਤੁਹਾਡਾ ਬਹੁਤ ਅੱਛਾ ਤਜਰਬਾ ਰਿਹਾ। ਹੁਣ ਕਿਆ ਤੁਹਾਡੇ ਸਰਕਾਰੀ ਅਦਾਰੇ ਵੀ ਇਹਨੂੰ ਮੰਨ ਰਹੇ ਆ, ਇਹਦੇ ਇਹਨੂੰ ਲੈ ਕੇ ਚੱਲ ਰਹੇ ਅੱਗੇ ਬੋਸਟਨ ਤੋਂ ਬਗੈਰ? ਹਾਂਜੀ ਹਾਂਜੀ ਮੰਨਣਗੇ ਜੀ, ਮੰਨਣਗੇ ਤੇ ਚੱਲਣਗੇ ਵੀ, ਸਾਰਾ ਕੁਛ ਹੀ ਹੋਣਾਗਾ ਇਹ। ਸਹੀ ਹਾਂਜੀ, ਇਹਨੂੰ ਮੰਨਣਗੇ ਵੀ ਤੇ ਇਹਦੇ ਚੱਲਣਗੇ ਵੀ। ਸਹੀ, ਤੇ ਇੱਕ ਮੱਝ ਤੁਹਾਡੇ ਕੋਲ ਜਿਹੜੀ ਫੋਲ ਕਰਦੀ ਫੜੀ ਗਈ ਹੈ ਤੇ ਉਹ ਤੁਸੀਂ ਜਿਹੜੀ ਆ ਐਂਟਰੀ ਉਹਦੀ ਕੈਂਸਲ ਕਰ ਦਿੱਤੀ? ਹਾਂਜੀ ਹਾਂਜੀ ਉਹਦੀ ਐਂਟਰੀ ਕੈਂਸਲ ਕਰਤੀ ਜੀ। ਕੁਛ ਕੁ ਬੰਦੇ ਵੈਸੇ ਪਾਉਂਦੇ ਸੀਗੇ, ਜਿਹੜੇ ਰੌਲਾ ਪਾਉਂਦੇ ਸੀ ਉਹਨਾਂ ਨੂੰ ਵੀ ਕੈਂਸਲ ਕਰਤਾ ਸੀਗਾ। ਕੁਛ ਕੁ ਬੰਦੇ ਰੌਲਾ ਕਰਦੇ ਸੀ ਵਾਧੂ ਦਾ ਤੇ ਉਹਨਾਂ ਨੂੰ ਵੀ ਕੈਂਸਲ ਕਰਤਾ ਸੀਗਾ। ਅੱਛਾ ਅੱਛਾ, ਯਾਨੀ ਅੱਛੇ ਤਰੀਕੇ ਨਾਲ ਸਾਰਾ ਇੰਤਜ਼ਾਮ ਹੋ ਗਿਆ, ਬਹੁਤ ਅੱਛੇ ਤਰੀਕੇ ਨਾਲ ਇੱਕ ਕਾਮਯਾਬ ਮੁਕਾਬਲਾ ਕਰਾਇਆ ਜੀ ਪਿੰਡੀ ਸਾਹਿਬ ਤੁਸੀਂ ਸਾਰੇ। ਹਾਂਜੀ ਹਾਂਜੀ, ਬਾਕੀ ਜੀ ਇਹ ਬੜੀ ਖੁਸ਼ੀ ਆ, ਹੁਣ ਜਿਹੜਾ ਆਉਣ ਵਾਲਾ ਸਮਾਂ ਜੀ ਆ ਗਿਆ ਤੇ ਸੱਚ ਇੱਕ ਨੀਲੀ ਰਾਵੀ ਦਾ ਵੀ ਹੁਣ ਰਿਜ਼ਲਟ ਸੁਣ ਲਓ ਜੀ। ਨੀਲੀ ਰਾਵੀ ਅੱਗੇ 24 ਨੀਲੀ ਰਾਵੀ ਹਾਂਜੀ ਸਿਰਫ 8 ਮੈਸਾਂ ਨੇ ਜਿਹੜਾ ਹੈਗਾ ਜੀ ਕੰਪੀਟੀਸ਼ਨ ਦੇ ਵਿੱਚ 8 ਮੈਸਾਂ ਨੇ ਦੁੱਧ ਕੱਢ ਸਕੀਆਂ, ਜਿਹੜਾ ਟਾਰਗੇਟ 15 ਲੀਟਰ ਤੋਂ ਉੱਪਰ ਦਾ ਰੱਖਿਆ ਜੀ। ਉਹਦੇ ਚੋਂ ਟਰੈਕਟਰ ਜਿੱਤਣ ਵਾਲੀ ਮੱਝ ਦਾ ਦੁੱਧ ਹੈਗਾ ਜੀ 19 ਕਿਲੋ 352 ਗ੍ਰਾਮ ਸਹੀ, ਤੇ ਦੂਜੇ ਨਾਮ ਵਾਲੀ ਦਾ ਹੈਗਾ 18688, ਤੀਜੇ ਨਾਮ ਵਾਲੀ ਦਾ ਹੈਗਾ 16928 ਤੇ ਚੌਥੇ ਨਾਮ ਵਾਲੀ ਦਾ 16920 ਆ ਜੀ, ਤੇ ਪੰਜਵੇਂ ਨਾਮ ਵਾਲੀ ਦਾ 16872 ਗ੍ਰਾਮ ਆ ਜੀ, ਛੇਵੇਂ ਨਾਮ ਵਾਲੀ ਦਾ 16192 ਆ ਜੀ, ਸੱਤਵੇਂ ਵਾਲੀ ਦਾ 15897 ਆ ਤੇ ਅੱਠਵੇਂ ਵਾਲੀ ਦਾ ਹੈਗਾ ਜੀ 15476 ਤੇ ਉਦੋਂ ਬਾਅਦ ਇੱਕਦਮ ਥੱਲੇ ਡਿੱਗ ਪੈਂਦੀਆਂ ਜੀ। ਇਹ ਤੋਂ ਬਾਅਦ ਗ੍ਰੇਡਡ ਮੱਝ ਆ ਜਾਓ ਜੀ, ਗ੍ਰੇਡਡ ਮੱਝ ਜਿਹੜੀ ਕੈਟਾਗਰੀ ਤੋਂ ਬਾਹਰ ਆ ਬੱਲੀਆਂ ਆ ਜਾਂਦਾ ਜਾਂ ਹੋ ਜਾ। ਪਹਿਲੀ ਮੱਝ ਨੇ ਦੁੱਧ ਕੱਢਿਆ 20 ਕਿਲੋ 672 ਗ੍ਰਾਮ, ਦੂਜੀ ਮੱਝ ਨੇ ਕੱਢਿਆ 1776 ਗ੍ਰਾਮ, ਤੀਜੀ ਤੇ ਚੌਥੀ ਨੇ ਬਰੋਬਰੀ ਕੱਢਿਆ 16 ਕਿਲੋ 24 ਗ੍ਰਾਮ 16 ਕਿਲੋ 24 ਗ੍ਰਾਮ। ਇਹ ਦੋ ਮੈਂ 7-3 ਨੰਬਰ ਵਾਲੇ ਨਾਮ ਚ ਆ ਗਈਆਂ ਜੀ, ਤੇ ਚੌਥੇ ਨੰਬਰ ਦੇ ਵਿੱਚ 15800 ਤੇ ਪੰਜਵੇਂ ਦੇ ਵਿੱਚ ਵੀ 15776 ਗ੍ਰਾਮ। ਇਹ ਤੋਂ ਵੱਧ ਕਿਸੇ ਤੋਂ ਟਾਰਗੇਟ ਨੀ ਪੂਰਾ ਹੋਇਆ ਨੀ ਜੀ ਇਹਦੇ ਗ੍ਰੇਡ ਚ ਵੀ। ਹੁਣ ਦੋ ਬਾਈ ਜੀ ਸਵਾਲ ਇਹ, ਨੀਲੀ ਰਾਵੀ ਦਾ ਤੇ ਮੁਰਾ ਦਾ, ਇਹ ਬੋਸਟਨ ਤੋਂ ਬਗੈਰ ਤੇ ਆ ਗਿਆ 22 ਕਿਲੋ 300 ਗ੍ਰਾਮ ਤੇ ਨੀਲੀ ਰਾਵੀ ਦਾ ਆ ਗਿਆ 19 ਕਿਲੋ 300 ਗ੍ਰਾਮ ਕੁਛ, ਹਾਂਜੀ, ਤੇ ਇਹ ਬੋਸਟਨ ਸਮੇਤ ਇਹਨਾਂ ਦਾ ਪਹਿਲੇ ਕੀ ਰਿਕਾਰਡ ਰਿਹਾ ਜੀ? ਨਹੀਂ ਪਹਿਲਾਂ ਆਪਾਂ ਐਵੇਂ ਕਰੀਏ, ਇਹਨਾਂ ਦੇ ਜਿਹੜੀਆਂ ਇਹ ਨਵੇਂ ਬੰਦਿਆਂ ਦੀਆਂ ਸਾਰੀਆਂ ਪਸ਼ੂ ਸੀ, ਇਹਨਾਂ ਦੇ ਬੂਟਰ ਹੈ ਨਹੀਂ ਜੀ, ਪਰ ਬੂਟਰਾਂ ਦੇ ਕਾਰਡ ਇਹੀ ਆ ਜੇ ਹੁਣ ਮੰਨ ਲਓ ਵੀ ਊਂ ਖੁੱਲੀ ਛੁੱਟੀ ਹੁੰਦੀ ਵੀ ਗੇਮਾਂ ਦੂਜੀਆਂ ਹੁੰਦੀਆਂ ਉਹ ਤਾਂ ਚੱਲ ਨਵੇਂ ਬੰਦੇ ਸੀ, ਪਤਾ ਨੀ ਵਿਚਾਰਿਆਂ ਨੇ ਯੂਜ ਕਰਨਾ ਸੀ ਨਹੀਂ, ਬਸ ਉਹੀ 22-23 ਲੀਟਰ ਵਾਲੀਆਂ ਜੀ, 23-24 ਕੱਢਣਾ ਸੀ, 24 ਲੀਟਰ ਤੋਂ ਜਿਹੜੀ 24-23 ਤੋਂ 24 ਲੀਟਰ ਕੱਢਿਆ ਤੇ ਉਹ ਮਤਲਬ 19 ਲੀਟਰ ਦੇ ਲਗਭਗ ਮੱਝਾਂ ਹੈ ਜਿਵੇਂ ਅੱਗੇ ਸੁਣਦੇ ਹੁੰਦੇ ਸੀ, ਤਾਂ ਹੁਣ ਪਤਾ ਲੱਗ ਜਾ ਕਰੂ। ਹੁਣ ਸਾਰੇ ਦੇਖੋ ਜੀ, ਇਹ ਕੱਲਾ ਆਪਣਾ ਨੀ, ਜਿਹੜੇ ਬੰਦੇ ਦੇਖੋ ਵਿੱਚ ਬਰੀਡਰ ਇਹ ਤਾਂ ਇੱਦਾਂ ਦੇ ਵੀ ਹੈ, ਉਹਨਾਂ ਤੇ ਉਹੀ ਉਂਗਲ ਚੱਕੀ ਗਈ, ਉਹ ਕਹਿੰਦੇ ਯਾਰ ਇਹ ਵੀ ਲਾਉਂਦਾ ਹੋਊ ਜਦੋਂ ਦੂਜਾ ਲਾਉਂਦਾ। ਅੱਜ ਮੰਨ ਲਓ ਉਹ ਬੰਦਿਆਂ ਦਾ ਵੀ ਜੀ ਪਾਪ ਧੋਤਾ ਗਿਆ, ਉਹ ਬੰਦੇ ਵੀ ਸਿੱਧੇ ਬਣ ਗਏ ਵੀ ਭਾਈ ਸਾਡੀਆਂ ਵੀ ਬਰੀਡਰ ਬੰਨੀਆਂ ਵਾਂ ਵੀ ਆਜੋ ਜਿਹੜੇ ਨੇ ਬੰਨਣੀ ਆ। ਬਾਈ ਤੁਹਾਡੀ ਨਾ ਕਿ ਕਾਲ ਕੱਟੀ ਗਈ ਤੇ ਗੱਲ ਤੁਸੀਂ ਬੜੀ ਪੁਆਇੰਟ ਦੀ ਕਰ ਰਹੇ ਸੀਗੇ ਕਿ ਤੁਸੀਂ ਦੱਸ ਰਹੇ ਸੀਗੇ ਜਿਹੜਾ ਉਸਤਾਦ ਬੰਦਾ ਬੂਸਟਰ ਨੂੰ ਮਿਲਾਵੇ ਪੂਰੀ ਮੱਝ ਨੂੰ ਤਿਆਰੀ ਕਰੇ ਉਹ 10 ਕਿਲੋ 12 ਕਿਲੋ ਤੱਕ ਲੈ ਜਾਂਦਾ ਜੀ ਜੰਪ ਬੂਸਟਰ? ਹਾਂਜੀ 10 ਕਿਲੋ 9 ਤੋਂ 10 ਕਿਲੋ 9 ਤੋਂ 10 ਕਿਲੋ 11 ਕਿਲੋ ਤੱਕ ਵੀ ਗਏ ਵੇ ਹੈ ਜੀ ਜੰਪ, ਜਿਹੜੀਆਂ ਅਸੀਂ ਚੀਜ਼ਾਂ ਦੇਖੀਆਂ ਵੀ ਜਾਣੀ ਕਿ ਮਤਲਬ 25-26 ਵਾਲੀ ਤਾਂ ਉਹੀ 10-11 ਲੀਟਰ ਦੁੱਧ ਦੇਖਿਆ ਗਾ ਤੇ 8 ਲੀਟਰ ਦੁੱਧ ਆਮ ਦੇਖਿਆ, ਜਾਣੀ ਕਿ ਵੀ 7 ਤੋਂ 8 ਲੀਟਰ ਦਾ ਸਾਡੇ ਮੰਨਿਆ ਜਾਂਦਾ ਜੰਪ, ਜਿਹੜਾ ਬਾਹਲਾ ਮਿਹਨਤੀ ਹੈ ਚੰਗਾ ਮਤਲਬ ਬੰਦਾ ਸੇਵਾ ਕਰਦਾ ਸੀ ਉਹ 10-11 ਲੀਟਰ ਦਾ ਕਰਦਾ ਸੀ। ਪਰ ਜਿਹੜਾ ਇਹ ਗੱਲ ਜ਼ਰੂਰ ਮਾੜੀ ਹੁੰਦੀ ਸੀ, ਦੇਖੋ ਜੀ ਦੁੱਧ ਵੀ ਮਾੜਾ, ਪਸ਼ੂਆਂ ਦਾ ਵੀ ਨੁਕਸਾਨ। ਹੁਣ ਦੇਖੋ ਮੱਝ ਖਰੀਦਣ ਦੀ ਗੱਲ ਕਰੀਏ ਜੀ, ਅੱਜ ਉਹ ਆਪਾਂ ਸੇਲ ਤੇ ਵੀ ਬੂਟਾਂ ਦਾ ਕੀ ਨੁਕਸਾਨ ਹੈ? ਬੂਟਾਂ ਦਾ ਨੁਕਸਾਨ ਹੈਗਾ ਜੀ, ਮੰਨ ਲਓ ਮੈਂ ਮੱਝ ਲੈਣ ਚਲਿਆ ਗਿਆ ਤੁਹਾਡੇ ਕੋਲੇ, ਤੁਸੀਂ ਮੱਝ ਮੂਰੇ 2 ਲੱਖ ਰੁਪਏ ਦੀ ਖਰੀਦ ਕੇ ਲਿਆਂਦੀ ਹੈ ਜੀ, 22 ਲੀਟਰ ਮੰਨ ਲਓ, 20 ਲੀਟਰ ਮੰਨ ਲਓ, 17 ਮੰਨ ਲਓ, 18 ਮੰਨ ਲਓ, 2 ਲੱਖ ਦੀ ਮੱਝ ਖਰੀਦੀ, ਬਲੈਕ ਦੇ ਵਿੱਚ 30,000 ਦਾ ਟੀਕਾ ਮਿਲਦਾ ਜੀ, ਕੋਈ 15 ਦਾ ਮਿਲਦਾ, ਕੋਈ ਕਹਿੰਦਾ 20 ਦਾ ਮਿਲਦਾ, ਕੋਈ ਕਹਿੰਦਾ 30 ਦਾ ਮਿਲਦਾ,
ਆਪਾਂ ਨਾ 30 ਪਾਓ ਨਾ 15 ਪਾਓ ਆਪਾਂ 20,000 ਰੱਖ ਲਓ 20 ਦਿਨਾਂ 40,000 ਰੁਪਏ ਦੇ ਟੀਕੇ ਚਾਹੀਦੇ ਆ ਜੀ ਇਹਨੂੰ 40,000 ਦੇ ਟੀਕੇ ਤੇ ਹੁਣ ਜਿਹੜੇ ਬੰਦੇ ਨੇ 2 ਲੱਖ ਦੀ ਮੱਝ ਲੈਂਦੀ ਆ ਉਹਨੇ 20-30,000 ਆਪਾਂ ਨੂੰ ਨਫਾ ਲੈ ਕੇ 2.5 ਲੱਖ ਦੀ ਮੱਝ ਦੇ ਦੇਣੀ ਸੀ ਚੰਗੀ ਹੁਣ ਮੰਨ ਲਓ 40,000 ਤੋਂ ਜਿਵੇਂ ਟੀਕਿਆਂ ਦਾ ਪਤਾ ਤੇ ਦੂਜੀ ਗੱਲ ਉਹ ਕਹਿੰਦਾ ਵੀ ਮੇਰੀ ਮੱਝ ਨੇ ਜਿਹੜੀ 20 ਲੀਟਰ ਦੁੱਧ ਵਾਲੀ ਉਹਨੇ ਤਾਂ ਦਿੱਤੀ 27 ਲੀਟਰ ਦੁੱਧ ਆ ਹੁਣ ਮੈਂ 27 ਵਾਲੀ ਦੇਣੀ ਮੈਂ 80-70 ਦੀ ਹੈ 2 ਲੱਖ ਮੱਝ ਤੋਂ ਵਧਾ ਤਾ 40-50,000 ਟੀਕਿਆਂ ਦਾ ਜਿਹੜੇ ਬੰਦੇ ਨੇ ਖਰੀਦੀ ਉਹ ਬੰਦਾ ਖਤਮ ਹੋ ਗਿਆ ਵਿਚਾਰਾ ਉਹ ਖਤਮ ਹੋ ਗਿਆ ਠੀਕ ਆ ਆਪਾਂ ਜੀ ਆਮ ਬੰਦਿਆਂ ਨੂੰ ਕਰੀਏ ਜੀ ਜੀ ਇਹਨਾਂ ਹੁਣ ਆਮ ਬੰਦੇ ਜਿਹੜੇ ਘਰ ਵਿੱਚ ਆਪਣੀ 18-20 ਕਿਲੋ ਵਾਲੀ ਮੱਝ ਚਾਹੁੰਦੇ ਨੇ ਉਹਨਾਂ ਨੂੰ ਦੱਸਣੇ ਆ ਕਿ ਤੁਹਾਡੀ ਮੱਝ ਬਹੁਤ ਚੰਗੀ ਹੈਗੀ ਆ ਹਾਂਜੀ 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 ਬਾਈ ਹੋ ਗਿਆ ਜੀ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਉਹ ਤਾਂ ਹੁਣ ਐ ਮੈਨੂੰ ਫੋਨ ਆਈ ਜਾਂਦੇ ਆ ਬਾਈ ਫਿਰ ਮੈਂ ਤਾਂ ਕਹਿੰਦਾ ਕਮਲਾ ਸੀ ਮੇਰੇ ਕੋਲ 21-22 ਲੀਟਰ ਤਾਂ ਨਾਰਮਲ ਦੇਈ ਜਾਂਦੇ ਗਾਹਾਂ ਨੂੰ ਸਾਡੀਆਂ ਇੰਨੀਆਂ ਮੱਝਾਂ ਮੈਨੂੰ ਯਕੀਨ ਆ ਗਾਹਾਂ ਨੂੰ ਘੱਟੋ ਘੱਟ 24 ਤੇ 100-150 ਮੱਝ ਆਉਣੀ ਹੈ ਜੀ ਪੱਕੀ ਜਮਾ ਆਮ ਬੰਦਿਆਂ ਦੀ ਵੀ ਬਿਲਕੁਲ ਆ ਰਹੀ ਹੈ ਉਹ ਮੈਂ ਤਾਂ ਆਖਰੀ ਦਿਨ ਤੁਹਾਡਾ ਇੰਟਰਵਿਊ ਸੁਣਦਾ ਪਿਆ ਸੀਗਾ ਲਾਈਵ ਵਿੱਚ ਬੰਦੇ ਤੁਸੀਂ ਕੋਈ ਦੱਸ ਰਹੇ ਸੀ ਕੋਈ ਦੋਸਤ ਦੱਸ ਰਿਹਾ ਸੀ ਕਿ ਇਸ ਬੰਦੇ ਕੋਲ ਘਰ ਮੱਝ 23-24 ਕਿਲੋ ਦੁੱਧ ਦਿੰਦੀ ਸੀ ਸਿਰਫ ਇਸੇ ਲਈ ਲੈ ਕੇ ਨਹੀਂ ਆਇਆ ਕਿ ਬੂਸਟਰ ਲਾ ਕੇ ਲੋਕਾਂ ਨੇ 30-30 ਕਿਲੋ ਚਵਾਨਾ ਮੇਰਾ ਨੰਬਰ ਨਹੀਂ ਲੱਗਦਾ ਮੈਂ ਇਹਨੂੰ ਕੀ ਲੈ ਕੇ ਆਵਾ ਬਾਈ 2 ਸਾਲ ਹੋ ਗਏ ਮੈਂ ਛੱਡਤੀਆਂ ਸੀ ਨਾਲੇ ਇੰਨੀਆਂ ਓਰੀਜਨਲ ਦੁੱਧ ਸਾਰਿਆਂ ਤੋਂ ਵੱਧ ਦੇ ਦਿੰਦੀਆਂ ਸੀ ਦੁੱਧ ਪਰ ਮੈਂ ਜਾਣਾ ਛੱਡਤਾ ਸੀ ਮੈਂ ਛੱਡੋ ਯਾਰ ਜਦੋਂ ਆਪਾਂ ਲਾਉਣਾ ਨਹੀਂ ਆਪਾਂ ਸੌਂ ਪਾਈ ਵੀ ਹੈ ਤੇ ਜੇ ਲਾਵਾਂਗੇ ਤਾਂ ਉਹਨਾਂ ਬਰੋਬਰ ਭਿੜਾਂਗੇ ਤੇ ਨਹੀਂ ਘਰੇ ਬਹਿ ਜਾਓ ਗੱਲ ਹੀ ਖਤਮ ਹੈ ਜਦੋਂ ਹੁਣ ਬੂਟਾਂ ਵਾਲੇ ਨੇ ਨੰਬਰ ਤਾਂ ਉਹ ਨਹੀਂ ਦਿੰਦੇ ਪਰ ਹੁਣ ਸ਼ੁਕਰ ਹੈ ਦਾਤੇ ਦਾ ਜਿਹੜੇ ਸਾਰੀਆਂ ਸੰਸਥਾ ਨੇ ਕਹਿੰਦੇ ਵੀ ਕੈਮਰੇ ਲਾਵਾਂਗੇ ਭਾਵੇਂ ਦੀ ਆਪਣਾ ਕੋਈ ਨਾਮ ਵੀ ਨਾ ਲਵੇ ਗੱਲ ਹੀ ਖਤਮ ਆਪਾਂ ਨੂੰ ਲੋੜ ਹੀ ਨਹੀਂ ਨਾਂ ਨੂੰ ਦੀ ਪਰ ਪੰਜਾਬ ਵਾਸਤੇ ਚੰਗਾ ਕੰਮ ਬਣ ਗਿਆ ਜੀ ਸਾਰੇ ਬੰਦੇ ਕੈਮਰੇ ਹੁਣ ਦੂਜੀਆਂ ਸੰਸਥਾ ਸਰਕਾਰੀ ਕੋਈ ਕੰਪੀਟੀਸ਼ਨ ਹੁੰਦਾ ਉੱਥੇ ਵੀ ਕੈਮਰਾ ਲੱਗ ਗਿਆ ਹੁਣ ਮਤਲਬ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੁਣ ਹੋਊ ਜਿਹਨੂੰ ਅੱਗੇ ਸਹਿਣੇ ਨਹੀਂ ਕਹਿੰਦੇ ਹੁੰਦੇ ਸੀ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਾਂਗੇ ਅੱਜ ਹੋ ਗਿਆ ਜੀ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਬਿਲਕੁਲ ਹੋ ਗਿਆ ਜੀ ਬਿਲਕੁਲ ਹੋ ਗਿਆ ਤੇ ਅਸੀਂ ਜਿਹੜੇ ਨਾ ਜੀ ਤੁਹਾਡੇ ਨਾਲ ਮਜ਼ੀਦ ਤੁਸੀਂ ਜੇ ਕੋਈ ਇਸ ਦੇ ਬਾਰੇ ਗੱਲ ਕਰਨਾ ਚਾਹੋ ਅਸੀਂ ਆਪਣੇ ਤਕਰੀਬਨ ਸਾਰੇ ਸਵਾਲਾਂ ਦਾ ਤੁਹਾਡੇ ਕੋਲ ਜਵਾਬ ਲੈ ਲਿਆ ਜੀ ਕੋਈ ਤੁਸੀਂ ਆਪਣੇ ਪਾਕਿਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਤੁਸੀਂ ਪੈਗਾਮ ਦੇਣਾ ਚਾਹੋ ਕਿ ਬੋਸਟਨ ਤੋਂ ਬਗੈਰ ਮੱਝਾਂ ਚੋਆਈ ਵਿੱਚ ਸਾਨੂੰ ਤੁਹਾਡੀ ਮਸ਼ਾਵਰਤ ਦੀ ਜ਼ਰੂਰਤ ਹੋਏਗੀ ਅਸੀਂ ਤੁਹਾਡੇ ਨਾਲ ਮਸ਼ਵਰਾ ਫੇਰ ਵੀ ਕਰਾਂਗੇ ਜੀ ਬਿਲਕੁਲ ਜੀ ਬਸ ਇਹੀ ਪੈਗਾਮ ਆ ਜੀ ਆਪਣੇ ਜਿਹੜੇ ਸਾਰੇ ਭਰਾ ਪਾਕਿਸਤਾਨ ਚੋਂ ਦੇਂਦੇ ਆ ਜਾਂ ਪੰਜਾਬ ਚੋਂ ਦੇਂਦੇ ਆ ਦੋਨੇ ਦੇਖੋ ਜੀ ਸੂਬੇ ਉਹਦੇ ਵਾਂਗੂ ਪੰਜਾਬ ਹੀ ਹੈ ਤੁਸੀਂ ਬਸ ਕੰਮ ਜਿਹੜਾ ਇਮਾਨਦਾਰੀ ਤੇ ਕਰੋ ਅੱਜ ਆਪਾਂ ਕਹਿੰਦੇ ਆ ਦਖਲੀ ਤੁਹਾਡੇ ਵਰਗੇ ਭਰਾ ਆ ਗਏ ਪਾਕਿਸਤਾਨ ਚ ਹੁਣ ਤੁਸੀਂ ਕਹਿਤਾ ਵੀ ਅਸੀਂ ਵੀ ਇਹ ਚਵਾਂਗਾ ਦੇ ਕੰਮ ਆ ਜਿਹੜੇ ਬੰਦ ਕਰਾਂਗੇ ਵੀ ਕੈਮਰਾ ਰਾਹੀਂ ਹੋਇਆ ਕਰਨਗੇ ਆ ਤੇ ਜਿੱਦੇ ਕੈਮਰੇ ਰਾਹੀਂ ਤੇ ਕਰ ਲਈਆਂ ਬਾਈ ਜੀ ਉਹਦੇ ਤੁਸੀਂ ਆਪ ਹੀ ਆਟੋਮੈਟਿਕ ਦੇਖ ਲਿਓ ਜਿਹੜੀ ਨਵੇਂ ਮੁੰਡੇ ਆ ਨਵੇਂ ਬਰੀਡਰ ਹੈ ਜੀ ਉਹ ਨਵੇਂ ਫਾਰਮਰ ਘਰਾਂ ਚੋਂ ਬਾਹਰ ਨਿਕਲ ਗਏ ਉਹਨਾਂ ਦੇ ਪਸ਼ੂ ਜਿੱਤਣਗੇ ਜੀ ਇਹ ਗੱਲ ਮੈਂ ਇਹ ਪੈਗਾਮ ਕਹਿਣਾ ਵੀ ਤੁਸੀਂ ਹੁਣ ਜਮਾ ਨਾ ਡਰੋ ਤੁਸੀਂ ਪਾਕਿਸਤਾਨ ਦੇ ਵਿੱਚ ਵੀ ਰਲ ਮਿਲ ਕੇ ਇਹੀ ਕੰਮ ਕਰੋ ਵੀਰੇ ਜਿਹੜੀਆਂ ਮੱਝਾਂ ਦੀਆਂ ਚਵਾਂਗਾ ਹੋਣਗੀਆਂ ਮੇਲਿਆਂ ਤੇ ਤੁਹਾਡੀ ਬਹੁਤ ਵੱਡੀ ਸੰਸਥਾ ਆ ਗਈ ਠੀਕ ਹੈ ਜੀ ਪਹਿਲਾਂ ਤੋਂ ਚਵਾਂਗਾ ਸੀ ਸੋਡੀਆਂ ਦੇਖਦੇ ਹੁੰਦੇ ਸੀ ਉੱਥੋਂ ਅਸੀਂ ਐ ਜੇ ਹੁੰਦਾ ਹੁੰਦਾ ਸੀ ਵੀ ਯਾਰ ਆ ਮੇਲਾ ਆਪ ਕਰਾਈਏ ਰੂਲ ਆਪਦੇ ਹੋਣ ਠੀਕ ਹੈ ਵੀ ਐਂ ਨਾ ਜਾਂ ਪੰਜਾਬ ਚੋਂ ਦੇਂਦੇ ਆ ਦੋਨੇ ਦੇਖੋ ਜੀ ਸੂਬੇ ਉਹਦੇ ਵਾਂਗੂ ਪੰਜਾਬ ਹੀ ਹੈ ਤੁਸੀਂ ਬਸ ਕੰਮ ਜਿਹੜਾ ਇਮਾਨਦਾਰੀ ਤੇ ਕਰੋ ਅੱਜ ਆਪਾਂ ਕਹਿੰਦੇ ਆ ਦਖਲੀ ਤੁਹਾਡੇ ਵਰਗੇ ਭਰਾ ਆ ਗਏ ਪਾਕਿਸਤਾਨ ਚ ਹੁਣ ਤੁਸੀਂ ਕਹਿਤਾ ਵੀ ਅਸੀਂ ਵੀ ਇਹ ਚਵਾਂਗਾ ਦੇ ਕੰਮ ਆ ਜਿਹੜੇ ਬੰਦ ਕਰਾਂਗੇ ਵੀ ਕੈਮਰਾ ਰਾਹੀਂ ਹੋਇਆ ਕਰਨਗੇ ਆ ਤੇ ਜਿੱਦੇ ਕੈਮਰੇ ਰਾਹੀਂ ਕਰ ਲਈਆਂ ਬਾਈ ਜੀ ਉਹਦੇ ਤੁਸੀਂ ਆਪ ਹੀ ਆਟੋਮੈਟਿਕ ਦੇਖ ਲਿਓ ਜਿਹੜੀ ਨਵੇਂ ਮੁੰਡੇ ਆ ਨਵੇਂ ਬਰੀਡਰ ਹੈ ਜੀ ਉਹ ਨਵੇਂ ਫਾਰਮਰ ਘਰਾਂ ਚੋਂ ਬਾਹਰ ਨਿਕਲ ਗਏ ਉਹਨਾਂ ਦੇ ਪਸ਼ੂ ਜਿੱਤਣਗੇ ਜੀ ਇਹ ਗੱਲ ਮੈਂ ਇਹ ਪੈਗਾਮ ਕਹਿਣਾ ਵੀ ਤੁਸੀਂ ਹੁਣ ਜਮਾ ਨਾ ਡਰੋ ਤੁਸੀਂ ਪਾਕਿਸਤਾਨ ਦੇ ਵਿੱਚ ਵੀ ਰਲ ਮਿਲ ਕੇ ਇਹੀ ਕੰਮ ਕਰੋ ਵੀਰੇ ਜਿਹੜੀਆਂ ਮੱਝਾਂ ਦੀਆਂ ਚਵਾਂਗਾ ਹੋਣਗੀਆਂ ਮੇਲਿਆਂ ਤੇ ਤੁਹਾਡੀ ਬਹੁਤ ਵੱਡੀ ਸੰਸਥਾ ਆ ਗਈ ਠੀਕ ਹੈ ਜੀ ਪਹਿਲਾਂ ਤੋਂ ਚਵਾਂਗਾ ਸੀ ਸੋਡੀਆਂ ਦੇਖਦੇ ਹੁੰਦੇ ਸੀ ਉੱਥੋਂ ਅਸੀਂ ਐਂ ਜੇ ਹੁੰਦਾ ਹੁੰਦਾ ਸੀ ਵੀ ਯਾਰ ਆ ਮੇਲਾ ਆਪ ਕਰਾਈਏ ਰੂਲ ਆਪਦੇ ਹੋਣ ਠੀਕ ਹੈ ਵੀ ਐਂ ਨਾ ਹੋਵੇ ਵੀ ਉਹਦਾ ਸੀ ਵੀ ਰੂਲ ਆਪਦੇ ਬਣਾਈਏ ਵਧੀਆ ਬਣਾਈਏ ਲੋਕਾਂ ਦੇ ਪੱਖ ਦੇ ਲੋਕਾਂ ਦੇ ਹਿੱਤ ਦੇ ਰੂਲ ਬਣਾਈਏ ਹੁਣ ਉਹ ਮੈਂ ਜੇਕਰ ਅਸੀਂ ਦਵਾਵਾਂ ਵੀ ਕਰਾਂਗੇ ਤੁਹਾਡੇ ਭਰਾਵਾਂ ਦੇ ਨਾਲ ਵੀ ਤੁਹਾਡਾ ਵੀ ਜਿਹੜਾ ਮੇਲਾ ਅੱਗੂ ਵੀ ਤਕੜਾ ਰਵੇ ਤੇ ਬਾਕੀ ਤੁਸੀਂ ਵੀ ਬੂਸਟਨ ਬੰਦ ਕਰਨ ਵਾਲਾ ਕੰਮ ਜ਼ਰੂਰ ਕਰਿਓ ਬਾਈ ਜੀ ਅਸੀਂ ਇਸ ਪਾਸੇ ਚੱਲ ਗਏ ਆ ਸਾਡੇ ਹਾਲੀਆ ਦਿਨਾਂ ਚ ਕੋਈ ਦੋ ਦੋਸਤਾਂ ਨਾਲ ਨਾ ਇੱਕ ਅੱਛੇ ਤਰੀਕੇ ਨਾਲ ਮੁਕਾਬਲਾ ਹੋ ਰਿਹਾ ਗੁਜ਼ਾਰਿਸ਼ ਇਹ ਆ ਕਿ ਤੁਸੀਂ ਜਿਹੜਾ ਤੁਹਾਡੇ ਕਾਇਦੇ ਕਾਨੂੰਨ ਰੂਲ ਹੈ ਨਾ ਉਹ ਤੁਸੀਂ ਮੈਨੂੰ ਬਾਅਦ ਚ WhatsApp ਲਾਜ਼ਮੀ ਕਰ ਦਿਓ ਜੇ ਜੋ ਤੁਸੀਂ ਇਸ ਮੇਲੇ ਦੇ ਬਣਾਏ ਹਾਂਜੀ ਤੇ ਇੰਨੀ ਗੱਲ ਯਾਦ ਰੱਖਿਓ ਜੀ ਜਿੱਦੇ ਤੁਸੀਂ ਇਹ ਕੈਮਰਿਆਂ ਥੱਲੇ ਮੱਝਾਂ ਚਵਾਤੀਆਂ ਸੋਡੇ ਵੀ ਮੇਰਾ ਦਿਲ ਕਹਿੰਦਾ ਵੀ ਸੋਡੇ ਚਲੋ ਮੰਨ ਲਓ ਤੁਸੀਂ ਨੀਲੀ ਤੇ ਵੱਧ ਕੰਮ ਕੀਤਾ ਜਿਵੇਂ ਸਾਡੇ ਮੋਹਰਾ 24-25 ਲੀਟਰ ਨੈਚਰਲ ਕੱਢਦੀਆਂ ਸੋਡੇ ਨੀਲੀ 25-27 ਤੱਕ ਕੱਢਦੀਆਂ ਸੋਡਾ ਰਿਕਾਰਡ ਮੈਨੂੰ ਪਤਾ ਜਿਵੇਂ ਸਾਡਾ 22 ਦਾ ਰਹਿ ਗਿਆ ਸੋਡਾ 25 ਲੀਟਰ ਤੋਂ ਵੱਡਾ ਰਿਕਾਰਡ ਨਹੀਂ ਬਣਦਾ ਜੀ ਤੇ ਜੇ ਤੁਸੀਂ ਮਤਲਬ ਸਭੀ ਸਾਫ ਚਵਾਈ ਹੋ ਗਈ ਆਪਣੀ ਕੈਮਰਾ ਥੱਲੇ ਤੇ 25-26 ਤੱਕ ਦੀ ਰਿਕਾਰਡ ਹੋ ਗਈ ਮੇਰੇ ਹਿਸਾਬ ਨਾਲ ਜੀ ਜੀ ਇਹ ਤੇ ਹੁਣ ਮੁਕਾਬਲਾ ਤੁਸੀਂ ਕਰਾਇਆ ਤੇ ਤੁਹਾਡੇ ਕੋਲ ਪਤਾ ਲੱਗ ਗਿਆ ਕਿ 22 ਕਿਲੋ 300 ਚ ਆ ਗਈਆਂ ਤੇ ਅਸੀਂ ਕਰਾਵਾਂਗੇ ਸਾਨੂੰ ਵੀ ਪਤਾ ਲੱਗ ਜਾਏਗਾ ਕਿ ਸਾਡਾ 22 ਚ ਰਹਿੰਦੀਆਂ 24 ਚ ਜਾਂ 25 ਚ ਕਿੰਨੇ ਚ ਰਹਿੰਦੀਆਂ ਜੀ ਬਿਲਕੁਲ ਜੀ ਉਹੀ ਮੰਨ ਲਓ ਚਲੋ ਵੀ ਵੱਧ ਵੀ ਬੰਦੇ ਮਿਹਨਤੀ ਮੰਨ ਲਓ ਅਸੀਂ ਤਾਂ ਦੇਖਦੇ ਹਾਂ ਠੀਕ ਹੈ ਹੋ ਸਕਦਾ ਤੁਹਾਨੂੰ ਅਸੀਂ ਮਿਹਨਤੀ ਵੱਧ ਲੱਗਦੇ
देखो जी मज दा काम हो रहा ना चाहे इंडिया च हो रहा चाहे पर ना काम जेड़ा भी चलाउंदा वीरे विच ना कैमरे हजे भी विच बंदे सोचदे आ भी कैमरे ला के उत्ते इंच वाई होंदे नहीं चार दिनां तक तां देखो तुसीं भी मंनदे आ भी जेड़ा चार दिन तक बूस्टर रहिंदा सी तीन दिनां तक मन्निया ते चार दिन सोडे नाल सहमत भी हां चौथे दिन निकलदा काम पर जिहड़ियां मझां गईआं सत्त दिन पहलां कैमरा थल्ले आउण जी जिवें मेलिआं दे वड्डे ब्रीडर अगे दस दिन पहलां ले जांदे आ ना सत्त दिन तां पहलां जांदियां आ गल ही खतम है जी पर वो मेले तो जिवें असीं 25 नूं करिआ ते 1 तरीक दी चवाई सीगी ते उही 7 दिन सोडियां मझां कैमरिआं दे थल्ले पहलां आउणियां चाहीदियां फिर जाके दुध दा दुध पानी दा पानी हो जाणा जी जमा ते मझ कैमरे तों पासे ना जावे अहीं तां ओह हदायतां करतीआं सी वी जे बुरश मारना कमेटी मैंबर उत्ते खड़ूगा कोले खड़ा के मरवावांगे ना कोई नहाउणी आ ना कोई बाहर जाणी आ गल ही खतम है 7 दिन रहिणियां अंदर ही रहिणियां पानी पिओ वधिया करो जे कोई पशु थकदा जे गेड़ा दवाउणा कमेटी मैंबर नूं खड़ा के अंदर ही गेड़ा सामणे एक एक मैच खोल के उत्ते शैड च 100 फुट गेड़ा दवा के फिर बन्न लो उत्ते ਯਾਨੀ ਸ਼ੈਡ ਦੇ ਵਿੱਚ ਹੀ ਰਹਿਣੀ ਮਾਜ ਸੈਟ ਦੇ ਵਿੱਚ ਜੀ ਪੂਰਾ ਮੱਝਾਂ ਵਾਲਿਆਂ ਨੇ ਸਾਥ ਦਿੱਤਾ ਬਾਈ ਪੂਰਾ ਕੋਈ ਬੰਦਾ ਲੜਿਆ ਨਹੀਂ ਭਿੜਿਆ ਨਹੀਂ ਬਹੁਤ ਜ਼ਿਆਦਾ ਸਾਥ ਦਿੱਤਾ ਉੱਥੇ ਮੱਝਾਂ ਵਾਲਿਆਂ ਨੇ ਜਿਵੇਂ ਕਹਿੰਦੇ ਸੀ ਵਿਚਾਰੇ ਉਵੇਂ ਹੀ ਕਰਦੇ ਸੀ ਬਸ ਸਹੀ ਸਹੀ ਲਓ ਬਾਈ ਜੀ ਗੱਪ ਛੱਪ ਵਾਵਾ ਹੋ ਗਈ ਜੇ ਤੇ ਮੈਂ ਤੁਹਾਡਾ ਫਿਰ ਬਹੁਤ ਸ਼ੁਕਰੀਆ ਕਰਨਾ ਤੁਹਾਡੀ ਸਾਰੀ ਟੀਮ ਦਾ ਤੁਹਾਡੀ ਸਾਰੀ ਇੰਤਜ਼ਾਮੀਆਂ ਨੂੰ ਫਿਰ ਮੁਬਾਰਕਬਾਦ ਦਿੰਦਾ ਕੰਗ੍ਰੈਚੁਲੇਸ਼ਨ ਤੁਸੀਂ ਜਿਹੜਾ ਇੱਕ ਗੇਮ ਚੇਂਜਰ ਦੇ ਤੌਰ ਤੇ ਤੁਸੀਂ ਸਾਰੀ ਟੀਮ ਨੇ ਕੰਮ ਕੀਤਾ ਕਿ ਇਹ ਬੋਸਟਨ ਤੋਂ ਬਗੈਰ ਦੁਨੀਆ ਨੇ ਸਿਰਫ ਗੱਲਾਂ ਕੀਤੀਆਂ ਤੁਸੀਂ ਕੰਮ ਕਰ ਦਿਖਾਇਆ ਜੀ ਤੁਸੀਂ ਬਹੁਤ ਸਾਨੂੰ ਖੁਸ਼ੀ ਆ ਬਾਈ ਜੀ ਤੁਹਾਡੇ ਗੱਲ ਵਿੱਚ ਰੋਕਦੇ ਆ ਸਾਨੂੰ ਇਹੀ ਖੁਸ਼ੀ ਆ ਸਾਡੇ ਰਾਜ ਸਾਹਿਬ ਹੋ ਗਏ ਆਏ ਆ ਹਾਂ ਜਿੱਦਣ ਦਾ ਮੇਲਾ ਹੋਇਆ ਬਸ ਸਾਨੂੰ ਇੱਕ ਖੁਸ਼ੀ ਆ ਵੀ ਕੁਝ ਨਹੀਂ ਹੁੰਦਾ ਵੀ ਪਾਵਾਂ ਦੀ ਆਪਾਂ ਯਾਰ ਆਪਦੇ ਕੰਮ ਖਰਾਬ ਕਰ ਲੈਣੇ ਇੱਕ ਮਹੀਨੇ ਵਾਸਤੇ ਪਰ ਆਹ ਵੱਡੀ ਖੁਸ਼ੀ ਆ ਵੀ ਇੱਕ ਵਾਰੀ ਆਪਾਂ ਗੇਮ ਚੇਂਜ ਜ਼ਰੂਰ ਕਰਤੀ ਸਾਰਿਆਂ ਨੇ ਰਲ ਕੇ ਭਰਾਵਾਂ ਨੇ ਜੀ ਤੁਸੀਂ ਮਾਝ ਦੀ ਬਫਲੋ ਦੀ ਨਾ ਗੇਮ ਚੇਂਜ ਕਰ ਦਿੱਤੀ ਹੈ ਕਿ ਤੁਸੀਂ ਬਿਲਕੁਲ ਹਕੀਕਤ ਦੇ ਕਰੀਬ ਲੈ ਗਏ ਜੇ ਜਿਹੜਾ ਆਮ ਲੋਕ ਜਿਹੜੇ ਸਮਝਦੇ ਸੀ 30 ਕਿਲੋ 32 ਕਿਲੋ ਕਿਵੇਂ ਹੁੰਦਾ ਉਹਨਾਂ ਨੂੰ ਵੀ ਤੁਸੀਂ ਕਾਫੀ ਹੱਦ ਤੱਕ ਜਿਹੜਾ ਸਮਝਾ ਦਿੱਤਾ ਕਿ ਕਿਸ ਤਰ੍ਹਾਂ ਦੁੱਧ ਅਸਲ ਮੱਝ ਦਾ। ਹਾਂਜੀ ਇੱਕ ਗੱਲ ਮੈਂ ਕਰਨੀ ਚਾਹੁੰਦਾ ਤੁਹਾਡੇ ਨਾਲ ਜੀ ਬਾਈ ਇਹ ਸੁਨੇਹਾ ਦੇਣਾ ਚਾਹੁੰਦੇ ਆ ਠੀਕ ਹੈ ਨਾ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਆਪਾਂ ਵੱਧ ਦੁੱਧ ਵਾਲੀਆਂ ਮੱਝਾਂ ਨੂੰ ਡੱਕ ਕੇ ਜਿਹੜੇ ਲੋਕ ਟੀਕੇ ਲਾ ਕੇ ਦਵਾਈਆਂ ਮੈਡੀਸਨ ਵਰਤ ਕੇ ਦੁੱਧ ਕਢਾਉਂਦੇ ਆ ਉਹਨਾਂ ਨੂੰ ਡੱਕ ਕੇ ਜਿਹੜੀ ਆਮ ਫਾਰਮਰ ਦੇ ਘਰੇ ਮੱਝ ਆ ਉਹਨੂੰ ਆਪਾਂ ਅਪ ਕਰਨਾ ਬਿਲਕੁਲ ਅਪ ਹੋਏਗੀ ਕਿਉਂਕਿ ਜ਼ਿਆਦਾ 95% ਲੋਕ ਉਹ ਨੇ ਜਿਨ੍ਹਾਂ ਦੇ ਘਰੇ ਆਮ ਮੱਝਾਂ ਨੇ ਆਪਾਂ 95% ਨੂੰ ਉੱਪਰ ਲਿਆਉਣਾ ਤੇ 5 ਨੂੰ ਛੱਡ ਦੇਣਾ ਗਾ ਵੀ ਤੁਸੀਂ ਕਰੋ ਜਿਹੜਾ ਕੁਛ ਕਰਨਾ। ਖਾਨ ਸਾਹਿਬ ਹੁਣ ਫਾਰਮ ਦੀ ਵੀ ਝਲਕ ਮਰਵਾਦ ਗਏ ਜੀ ਆਪਣੇ ਛੋਟਾ ਜਿਹਾ ਫਾਰਮ ਆ ਤੁਹਾਡੇ ਭਰਾ ਦਾ ਤੁਹਾਡੇ ਨਾਲ ਜਿਹੜੇ ਜੁੜੇ ਦੇ ਭਰਾ ਵੀ ਦੇਖ ਲੈਣਗੇ ਜੀ ਤੁਸੀਂ ਛੋਟਾ ਛੋਟਾ ਕਹਿ ਕੇ ਸਾਨੂੰ ਸ਼ਰਮ ਨਾ ਦਵਾਓ ਅੱਲਾਹ ਨੇ ਬੜਾ ਤੁਹਾਨੂੰ ਦਿੱਤਾ ਦਾ ਤੇ ਤੁਹਾਡੀ ਸਾਰੀ ਦੁਨੀਆ ਦੇਖਦੀ ਫਾਰਮ ਤੁਹਾਡਾ ਨਹੀਂ ਮੈਨੂੰ ਮੇਰੇ ਲਈ ਵੱਡਾ ਅਹੁਦੇ ਪਊਗਾ ਜੀ ਇੱਥੇ 9 ਕਿੱਲੇ ਜ਼ਮੀਨ ਦੇ ਮੇਰੇ ਇਰਾਦੇ ਆਏ ਵੀ 9 ਕਿੱਲਿਆਂ ਜੀ ਫਾਰਮ ਹੋਵੇ 5-7 ਸਾਲਾਂ ਦੇ ਵਿੱਚ ਹੀ ਟਾਰਗੇਟ ਪੂਰਾ ਹੋਵੇ ਜੀ ਕਿਉਂਕਿ ਇੱਕ ਵਾਰੀ ਇਹਨਾਂ ਦਾ ਪੈਸਾ ਨਹੀਂ ਮੈਂ ਖਾਂਦਾ ਜੀ ਮੈਸਾਂ ਦਾ ਪੈਸਾ ਸਾਰਾ ਉੱਥੇ ਹੀ ਹੈ ਨਾ ਆਪਾਂ ਜੇਬ 'ਚ ਪਾਉਣਾ ਨਾ ਕਰਨਾ ਇਹਨਾਂ ਦਾ ਪੈਸਾ ਇਹਨਾਂ ਤੇ ਲਾਈ ਜਾਣਾ 10 ਸਾਲ ਦੀ ਸਹੁੰ ਪਾਈ ਵੀ ਹੈ ਮੈਨੂੰ ਹੋਗੇ 2017 'ਚ ਆਇਆ ਜੀ 2022 ਦੇ ਵਿੱਚ ਆ ਫਾਰਮ ਇਹਨਾਂ ਦਾ ਪੈਸਾ ਇਹਨਾਂ ਤੇ ਲਾਈ ਜਾਣਾ 10 ਸਾਲ ਦੀ ਸਹੁੰ ਪਾਈ ਵੀ ਹੈ ਮੈਨੂੰ ਹੋਗੇ 2017 'ਚ ਆਇਆ ਜੀ 2022 ਦੇ ਵਿੱਚ ਆ ਫਾਰਮ ਪਾਤਾ 23 ਚੱਲੀ ਜਾਂਦੇ 22 ਦੀ ਮਾਰਚ ਨੂੰ ਖੰਡ ਪਾਠ ਕਰਾ ਕੇ ਪਸ਼ੂ ਲਿਆਂਦੇ ਜੀ ਚੌਥੇ ਮਹੀਨੇ ਦੇ ਵਿੱਚ ਹਜੇ ਆਇਆ ਨੂੰ 8 ਮਹੀਨੇ ਹੋ ਗਏ ਆ ਜੀ ਫਾਰਮ ਦੇ ਵਿੱਚ ਪਸ਼ੂਆਂ ਨੂੰ ਪਰ ਕੰਮ ਹਜੇ ਬਹੁਤ ਰਹਿੰਦਾ ਤੇ ਬਾਕੀ ਬਾਹਰੋਂ ਲੁੱਕ ਮੈਂ ਆਪਦੇ ਹਿਸਾਬ ਨਾਲ ਚੱਕੀ ਜਿਹੜੀ ਅੰਦਰਲੀ ਲੁੱਕ ਸੀ ਤਾਂ ਮੇਤਰੀ ਦਾ ਚੌਰਥੀ ਕਰ ਗਿਆ ਸੀ ਉਹਨੂੰ ਮੈਂ ਕਿਹਾ ਨਾ ਯਾਰ ਸਾਡੇ ਲਹਿੰਦੇ ਪੰਜਾਬ ਵਾਲੀ ਲੁੱਕ ਰੱਖ ਗੋਲ ਬਰਾਂਡੇ ਭਰਾਵਾ ਮੈਂ ਤਾਂ ਹੁਣ ਜਦੋਂ ਕਰਨੀ ਫਿਰ ਉਧਰੋਂ ਲਹਿੰਦੇ ਪੰਜਾਬ ਵਾਲੀ ਲੁੱਕ ਦਵਾਈ ਗੋਲਾ ਦਰਵਾਜ਼ਾ ਦਰਵਾਜ਼ਾ ਵੀ ਇਦਾਂ ਦੀ ਆਦੇ ਪੁਰਾਣੇ ਜਿਵੇਂ ਬਜ਼ੁਰਗ ਆਪਣੇ ਲਾਉਂਦੇ ਸੀ ਆ ਗੇਟ ਗੂਟ ਸਾਡੇ ਥੋੜੇ ਜਿਹੇ ਪੈਂਦੇ ਆ 3-3.5 ਲੱਖ ਦਾ ਪੈਂਦਾ ਤਾਂ ਫਿਰ ਮੈਂ ਕਿਹਾ ਯਾਰ ਜਿਵੇਂ ਬਜ਼ੁਰਗ ਬਣਾਉਂਦੇ ਸੀ ਉਵੇਂ ਜਿਕਰੀ ਕਰਨੇ ਆ ਫਿਰ ਆਲਿਆਂ ਉਲਿਆਂ 'ਚ ਲਾਈਟਾਂ ਲੂਟਾਂ ਰਖਾਈਆਂ ਜਿਵੇਂ ਦੀਵੇ ਚੱਲਦੇ ਹੁੰਦੇ ਸੀ ਪਹਿਲਾਂ ਰਾਤ ਨੂੰ ਸਾਡੇ ਜਿਹੜੀਆਂ ਪੁਰਾਣੀਆਂ ਹਵੇਲੀਆਂ ਹੈ ਨਾ ਜੀ ਹਜੇ ਉੱਥੇ ਇਸ ਤਰ੍ਹਾਂ ਹੀ ਨਕਸ਼ੇ ਆ ਪੁਰਾਣੇ ਹਵੇਲੀਆਂ ਜੀ ਦਰਵਾਜ਼ੇ ਇਸ ਤਰ੍ਹਾਂ ਹੀ ਆ ਤੇ ਬਾਹਰ ਦੀ ਬਾਰਾਦਰੀ ਸਾਰਾ ਨਿਜ਼ਾਮ ਇਸ ਤਰ੍ਹਾਂ ਹੀ ਆ ਜੀ। ਹਾਂਜੀ ਸਾਹਿਬ ਤਾਂ ਦਿਖਾ ਆਪਣਾ ਪਹਿਲੀ ਵਾਰ ਗੱਲਬਾਤ ਹੋ ਗਈ ਇੱਧਰ ਬੈਡਰੂਮ ਆ ਗਿਆ ਯਾਰ ਦੋਸਤ ਆ ਗਿਆ ਇੱਧਰ ਨਾਲ ਬਾਥਰੂਮ ਕੀਤਾ ਵੀ ਮਹਿਮਾਨ ਆਉਣਗੇ ਵੀ ਚਲੋ ਆਪਦਾ ਵਧੀਆ ਸੈਟ ਹੁੰਦਾ ਇੱਧਰ ਵੀ ਮਹਿਮਾਨਾਂ ਵਾਸਤੇ ਹੈ ਤੇ ਮਹਿਮਾਨਾਂ ਵਾਸਤੇ ਵੀ ਘਰ ਵਾਸਤੇ ਸੈਟ ਵੀ ਨਹੀਂ ਰੱਖਿਆ ਜੀ ਘਰ ਮੇਰਾ ਪੁਰਾਣੀ ਹੈ ਘਰ ਆਪਾਂ ਪਾਵਾਂਗੇ ਬੇਟੇ ਦੇ ਵਿਆਹ ਤੋਂ ਪਹਿਲਾਂ ਪਾ ਦਾਂਗੇ 5-7 ਸਾਲ ਹੋਰ ਕਮਾਈ ਕਰ ਲਈ ਬਣ ਜਾਏਗਾ ਜੀ ਲੱਗੇ ਆਵਾਜ਼ ਘੱਟ ਗਈ ਜੀ ਤੁਹਾਡੀ ਮੈਂ ਇੰਟਰਨੈਟ ਸਲੋ ਹੋ ਗਿਆ ਹਾਂਜੀ ਬਾਈ ਜੀ ਜ਼ਬਰਦਸਤ ਜੀ ਹਾਂਜੀ ਇਹ ਸੀਗਾ ਜੀ ਤਾਂ ਅੱਜ ਬੜੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਮੇਰੇ ਕੋਲ ਅਲਫਾਜ਼ ਨਹੀਂ ਮੇਰਾ ਦਿਲ ਬਹੁਤ ਖੁਸ਼ ਹੋਇਆ ਸਾਰੀ ਤੁਹਾਡੇ ਨਾਲ ਜਿਹੜੀ ਸੰਗਤ ਨਾਲ ਗੱਲਬਾਤ ਕਰਕੇ ਤੇ ਬੜਾ ਦਿਲ ਰਾਜ਼ੀ ਹੋਇਆ
बड़ी दिल खुश होया सारी संस्था नूं भी मैं राह दस्या मैं कहा भरावां दे नाल आपां गलबात करनी देखो जे अज चंगा काम कीता तां चंगे भरा अपने नाल जुड़े आ जी हैना तां जे कोई माड़ा करांगे तां उहनां दा माड़ा ही उह हुंदा जी तां तां ही आपां सारयां नूं कहिंदे आ वी चंगा काम करो ਤੇ ਸਾਡੇ ਕਹਾਵਤ ਹੈਗੀ ਆ ਰਾਮ ਵਧਾਏ ਸੋ ਵਧੇ ਵਡਕਰ ਵਧੇ ਨਾ ਕੋਈ ਵੀ ਸਾਡੇ ਕਹਿੰਦੇ ਆ ਵੀ ਕਹਾਵਤ ਦੇ ਵਿੱਚ ਵੀ ਜਿਹਨੂੰ ਪ੍ਰਮਾਤਮਾ ਨੇ ਵਧਾਉਣਾ ਵਧੂਗਾ ਉਹੀ ਵੀ ਇਹ ਬਸ ਤੇਰੀ ਮੇਰੀ ਕੱਲੀ ਉਹੀ ਰਹੇਗੀ ਲੱਤਾਂ ਖਿੱਚਣ ਵਾਲਾ ਕੰਮ ਰਹਿ ਗਿਆ ਇੱਕ ਦੂਜੇ ਦਾ ਨਾ ਕੋਈ ਵੱਟਦਾ ਰੌਲਾ ਨਾ ਕੋਈ ਦੇਣ ਲੈਣ ਦੇਣਾ ਇੱਕ ਦੂਜੇ ਦਾ ਸਿਰਫ ਕੀ ਆ ਤੇਰੇ ਨੇ ਦੁੱਧ ਵੱਧ ਕੱਢਤਾ ਤੇਰੇ ਬੈਰੀ ਆ ਮੇਰੀ ਨੇ ਵੱਧ ਦੁੱਧ ਕੱਢਤਾ ਮੇਰੇ ਬੈਰੀ ਆਪਾਂ ਦੀ ਕੋਈ 200 ਗ੍ਰਾਮ ਵੱਧ ਕੱਢੇ ਪਰ ਉਹ ਚੀਜ਼ ਸੋਚਣੋਂ ਹਟ ਗਏ ਲੋਕ ਅੱਗੇ ਵਾਲੇ ਬਜ਼ੁਰਗਾਂ ਵਾਂਗੂ ਵੀ ਯਾਰ ਕਰਮ ਹੈ ਜਿੱਤ ਹਰ ਕਰਮਾਂ ਦੀ ਹੈ ਹਾਂ ਜੇ ਕੋਈ ਲੜਾਈ ਨੀ ਕੋਈ ਪੜ੍ਹਾਈ ਨੀ ਕਿਸੇ ਦੀਆਂ ਜ਼ਮੀਨਾਂ ਨੇੜੇ ਨੀ ਲੱਗਦਾ ਕਿਸੇ ਦੇ ਪਿੰਡ ਨੇੜੇ ਨੀ ਲੱਗਦੇ ਬਸ ਆਪ ਸਮੇਂ ਬਸ ਰਲ ਮਿਲ ਕੇ ਰਹੋ ਜੀ ਸਾਰੇ ਭਰਾ ਬਰੀਡਰ ਹੈ ਜਿੰਨੇ ਆਪਣਾ ਤਾਂ ਸੁਨੇਹਾ ਇਹੀ ਹੈ ਜਿੰਨੇ ਵੀ ਭਰਾ ਆਪਣੇ ਨਾਲ ਜੁੜੇ ਹੋਏ ਸਾਰੇ ਬੰਦੇ ਵੀ ਸਾਰੇ ਰਲ ਮਿਲ ਕੇ ਪਿਆਰ ਨਾਲ ਰਹੋ ਤੁਹਾਡੇ ਕਰਮ ਕੋਈ ਮਾਰ ਨਹੀਂ ਸਕਦਾ ਤੁਸੀਂ ਆਪਦੇ ਕਰਮਾਂ ਦੇ ਨਾਲ ਹੀ ਅੱਗੇ ਆਉਣਾ ਤੁਹਾਨੂੰ ਤੁਹਾਡੇ ਕਰਮਾਂ ਦਾ ਫਲ ਹੀ ਮਿਲਣਾ ਤੇ ਜੇ ਕਿਸੇ ਦੀਆਂ ਆਪਾਂ ਲੱਤਾਂ ਖਿੱਚਾਂਗੇ ਹਾਂ ਆਪਣੀਆਂ ਪਰਮਾਤਮਾ ਜ਼ਰੂਰ ਲੱਤਾਂ ਖਿੱਚੂਗਾ ਉਹ ਤਾਂ ਹਾਂ ਜਿਹੜਾ ਪਰਮਾਤਮਾ ਰੱਬ ਕਹਿੰਦੇ ਨੇ ਸਾਡੇ ਪਰਮਾਤਮਾ ਕਹਿੰਦੇ ਆ ਜੀ ਹਨਾ ਤੁਸੀਂ ਅੱਲਾ ਕਹਿ ਦਿੰਦੇ ਵੀ ਉਹ ਜਿਹੜਾ ਅੱਲਾ ਹੋ ਗਿਆ ਰੱਬ ਹੋ ਗਿਆ ਜੀ ਉਹ ਬੰਦਾ ਜਿਹੜਾ ਕੋਈ ਮਾੜਾ ਕਰੂਗਾ ਉਹਨੂੰ ਤਾਂ ਦੇਖਦਾ ਜ਼ਰੂਰ ਇਹ ਤਾਂ ਅਸੀਂ ਪਹਿਲਾਂ ਤਾਂ ਸੁਣਦੇ ਹੋਣੇ ਉਹ ਹਕੀਕਤ ਦੇਖ ਵੀ ਲੈਤੀ ਜਿਨ੍ਹਾਂ ਨੇ ਸਾਨੂੰ ਜਾੜਨ ਦੀ ਕੋਸ਼ਿਸ਼ ਕੀਤੀ ਉਹ ਬੰਦੇ ਖੁਦ ਉੱਜੜ ਗਏ ਇਹ ਗੀਤ ਵੀ ਕਹਿੰਦੇ ਆ ਤੇ ਇਹ ਇਤਿਹਾਸ ਵੀ ਕਹਿੰਦਾ ਜੀ ਇਹ ਗੱਲ ਹੀ ਹੈ ਤਾਂ ਠੀਕ ਹੈ ਜੀ ਖਾਨ ਸਾਹਿਬ ਬਹੁਤ ਵਧੀਆ ਲੱਗੀ ਕਦੇ ਨਾ ਕਦੇ ਆਪਾਂ ਸੰਡੇ ਵਾਲੇ ਦਿਨ ਜ਼ਰੂਰ ਗੱਲਬਾਤ ਕਰਿਆ ਕਰਾਂਗੇ ਜੀ ਰਾਇਆ ਮਥੁਰਾ ਸਾਂਝਾ ਕਰਿਆ ਕਰਾਂਗੇ ਜ਼ਰੂਰ ਆਪਾਂ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਅੱਲਾ ਹਾਫਿਜ਼ ਸਲਾਮ ਜੀ ਗੁੱਡ ਬਾਏ ਗੁੱਡ ਬਾਏ।